ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਪਹਿਲਾਂ ਕੱਲ ਦੀ ਪ੍ਰਾਈਮ ਟਾਈਮ ਲੋਕ ਰਾਏ ਦਾ ਨਤੀਜਾ ਜਾਣ ਲੈਂਦੇ ਆ। ਕੱਲ ਦੀ ਲੋਕ ਰਾਏ ਸੀ ਕਿ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜਨ ਤੋਂ ਬਾਅਦ ਸਿੱਖ ਲੀਡਰਾਂ ਨੇ ਰੋਹ ਦੇ ਵਿੱਚ ਕਿਹਾ ਕਿ ਜਦੋਂ ਧਰਤੀ ਉੱਤੇ ਅਪੀਲ, ਦਲੀਲ ਤੇ ਵਕੀਲ ਦੀ ਗੱਲ ਨਾ ਸੁਣੀ ਜਾਵੇ ਤਾਂ ਸੰਗਤ ਫੈਸਲਾ ਕਰਦੀ ਹੈ। ਕੀ ਤੁਸੀਂ ਇਸ ਬਿਆਨ ਦੇ ਨਾਲ ਸਹਿਮਤ ਹੋ? ਤਾਂ 100% ਸਾਡੇ ਦਰਸ਼ਕਾਂ ਨੇ ਸਹਿਮਤੀ ਜਤਾਈ ਹੈ, ਜਦਕਿ ਕਿਸੇ ਨੇ ਵੀ ਅਸਹਿਮਤੀ ਨਹੀਂ ਜਤਾਈ। ਅੱਜ ਦੀ ਪ੍ਰਾਈਮ ਟਾਈਮ ਲੋਕ ਰਾਏ ਹੈ ਕਿ ਭਾਰਤ ਵਿੱਚ ਕਰੋਨਾ ਦੇ ਨਾਜ਼ੁਕ ਹਾਲਾਤਾਂ ਕਰਕੇ ਆਸਟ੍ਰੇਲੀਆ ਨੇ ਭਾਰਤ ਗਏ ਆਪਣੇ ਨਾਗਰਿਕਾਂ ਨੂੰ ਵੀ ਮੁਲਕ ਵਿੱਚ ਦਾਖਲ ਹੋਣ ਤੇ ਰੋਕ ਦਿੱਤਾ ਹੈ। ਕਿਹਾ ਜੇ ਵਾਪਸ ਆਏ ਤਾਂ 5 ਸਾਲ ਦੀ ਕੈਦ ਤੇ ਭਾਰੀ ਜੁਰਮਾਨਾ ਕਰਾਂਗੇ। ਸਰਕਾਰ ਦੇ ਇਸ ਬਿਆਨ ਦੇ ਨਾਲ ਕੀ ਤੁਸੀਂ ਸਹਿਮਤ ਹੋ? ਇਸ ਸਖਤ ਐਲਾਨ ਦੇ ਨਾਲ ਕੀ ਤੁਸੀਂ ਸਹਿਮਤ ਹੋ? ਜੇ ਤੁਸੀਂ ਸਹਿਮਤ ਹੋ ਤਾਂ ਹਾਂ ਜਾਂ ਯੈਸ ਦੇ ਵਿੱਚ ਉੱਤਰ ਦਿਓ, ਜੇ ਤੁਸੀਂ ਸਹਿਮਤ ਨਹੀਂ ਹੋ ਤਾਂ ਨਾ ਜਾਂ ਨੋ ਦੇ ਵਿੱਚ ਉੱਤਰ ਦਿਓ। ਇਹ ਵੀ ਦੱਸ ਦਿੰਦੇ ਹਾਂ ਦੁਬਾਰਾ ਕਿ ਆਸਟ੍ਰੇਲੀਆ ਨੇ ਇਹ ਜਿਹੜਾ ਫੈਸਲਾ ਸਖਤ ਸੁਣਾਇਆ ਉਹ ਆਪਣੇ ਨਾਗਰਿਕਾਂ ਦੇ ਲਈ ਸੁਣਾਇਆ ਹੈ ਜਿਹੜੇ ਸਿਟੀਜ਼ਨ ਨੇ ਆਸਟ੍ਰੇਲੀਆ ਦੇ। ਪ੍ਰਾਈਮ ਟਾਈਮ ਦੇ ਵਿੱਚ ਹੁਣ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਹੈਡਲਾਈਨਸ ਤੇ ਇੱਕ ਨਜ਼ਰ ਮਾਰਦੇ ਹਾਂ। ਦਿੱਲੀ ਦੇ ਵਿੱਚ ਇੱਕ ਹਫ਼ਤੇ ਲਈ ਹੋਰ ਲਾਕਡਾਊਨ ਵਧਾ ਦਿੱਤਾ ਗਿਆ। ਹੁਣ 10 ਮਈ ਤੱਕ ਦਿੱਲੀ ਵਿੱਚ ਲਾਕਡਾਊਨ ਰਹੇਗਾ। ਪੰਜਾਬ ਦੇ ਵਿੱਚ 15 ਮਈ ਤੱਕ ਕੀ ਨਵੇਂ ਐਲਾਨ ਨੇ, ਇਸ ਬੁਲੇਟਿਨ ਦੇ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ। ਟਵਿੱਟਰ ਤੇ ਅੱਜ ਵੀ #ResignPMModi ਟ੍ਰੈਂਡ ਕਰ ਰਿਹਾ ਹੈ। ਕਈ ਸੂਬਿਆਂ ਦੇ ਵਿੱਚ ਅੱਜ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੀ ਨਹੀਂ ਹੋ ਪਾਈ ਕਿਉਂਕਿ ਟੀਕਾ ਹੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਕਸੀਜਨ ਦੀ ਘਾਟ ਕਾਰਨ ਹੋਏ ਹਾਦਸੇ ਦੇ ਉੱਤੇ ਪ੍ਰਾਈਵੇਟ ਹਸਪਤਾਲਾਂ ਦੇ ਖਿਲਾਫ ਕਾਰਵਾਈ ਨਹੀਂ ਕਰਾਂਗੇ। ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ 6 ਜ਼ਿਲ੍ਹਿਆਂ ਦੇ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤੇ ਨੇ। ਹੁਣ ਪੰਜਾਬ ਦੇ ਵਿੱਚ ਸਾਰੇ ਵਿਦਿਅਕ ਅਦਾਰੇ 15 ਮਈ ਤੱਕ ਬੰਦ ਰਹਿਣਗੇ। ਪੰਜਾਬ ਦੇ ਵਿੱਚ ਲਾਕਡਾਊਨ ਦੀ ਉਲੰਘਣਾ ਕਰਨ ਵਾਲੇ ਗਿੱਪੀ ਗਰੇਵਾਲ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ। ਬਨੂੜ ਦੀ ਪੁਲਿਸ ਨੇ ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਨਾ ਪਰਤਣ ਦੇ ਲਈ ਕਿਹਾ ਹੈ। ਜੇ ਹੁਕਮ ਨਾ ਮੰਨਿਆ ਤੁਸੀਂ ਵਾਪਸ ਆ ਗਏ ਤਾਂ 5 ਸਾਲ ਜੇਲ੍ਹ ਦੇ ਵਿੱਚ ਸੁੱਟ ਦਿਆਂਗੇ ਜਾਂ ਭਾਰੀ ਜੁਰਮਾਨਾ ਲਾਵਾਂਗੇ। ਕਰੋਨਾ ਕਾਰਨ ਕੈਨੇਡਾ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਨਟਾਰੀਓ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਦੀ ਮੰਗ ਕੀਤੀ ਹੈ। ਅਮਰੀਕਾ ਦੇ ਉੱਘੇ ਮਹਾਮਾਰੀ ਮਾਹਿਰ ਡਾਕਟਰ ਐਂਥਨੀ ਫਾਊਚੀ ਨੇ ਭਾਰਤ ਨੂੰ ਸਲਾਹ ਦਿੱਤੀ ਹੈ ਕਿ ਕੁਝ ਹਫ਼ਤਿਆਂ ਦਾ ਲਾਕਡਾਊਨ ਲਾ ਦੇਣਾ ਚਾਹੀਦਾ ਹੈ ਤੁਹਾਨੂੰ। ਅਮਰੀਕਾ ਦੇ ਲਈ ਭਾਰਤ ਦਾ ਹਵਾਈ ਸਫ਼ਰ 4 ਮਈ ਤੋਂ ਬੰਦ ਹੋ ਜਾਏਗਾ। ਕਈਆਂ ਨੂੰ ਛੋਟ ਦਿੱਤੀ ਹੈ। ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੀ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ। ਦਿੱਲੀ ਦੇ ਬਤਰਾ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਕਾਰਨ 8 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਗੁਜਰਾਤ ਦੇ ਭਰੂਚ ਦੇ ਵਿੱਚ ਅੱਗ ਲੱਗਣ ਕਾਰਨ 18 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਹਸਪਤਾਲਾਂ ਦੇ ਵਿੱਚ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਤੇ ਆਕਸੀਜਨ ਦੇ ਪਲਾਂਟ ਲਾਉਣੇ ਚਾਹੀਦੇ ਨੇ, ਦਿੱਲੀ ਹਾਈ ਕੋਰਟ ਨੇ ਕਿਹਾ। ਰਾਇਟਰਸ ਨੇ ਖੁਲਾਸਾ ਕੀਤਾ ਕਿ ਮੋਦੀ ਸਰਕਾਰ ਨੇ ਵਿਗਿਆਨੀਆਂ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮੋਦੀ ਸਰਕਾਰ ਚੋਣ ਰੈਲੀਆਂ ਦੇ ਵਿੱਚ ਉਲਝੀ ਰਹੀ। ਲੁਧਿਆਣਾ ਦੇ ਵਿੱਚ ਬੀਜੇਪੀ ਦੇ ਵੱਲੋਂ ਲਾਏ ਗਏ ਟੀਕਾਕਰਨ ਕੈਂਪ ਦੇ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਮੀਡੀਆ ਕਰਮੀਆਂ ਦੇ ਨਾਲ ਵੀ ਉਲਝ ਗਏ। ਲੁਧਿਆਣਾ ਦੇ ਡੀਸੀ ਨੇ ਮੁਨਾਫਾਖੋਰੀ ਰੋਕਣ ਦੇ ਲਈ ਕੋਵਿਡ-19 ਐਂਬੂਲੈਂਸਾਂ ਦੇ ਰੇਟ ਤੈਅ ਕਰ ਦਿੱਤੇ ਨੇ ਤੇ ਲੁਧਿਆਣਾ ਵਾਸੀ ਜ਼ਰੂਰ ਇਹ ਖਬਰ ਸੁਣਨ ਤਾਂ ਕਿ ਐਂਬੂਲੈਂਸਾਂ ਵਾਲੇ ਤੁਹਾਨੂੰ ਲੁੱਟਣ ਨਾ। ਜਿਹੜੇ ਨਿਯਮ ਤੈਅ ਕੀਤੇ ਆ ਡੀਸੀ ਤੋਂ ਉਸ ਤੋਂ ਵੱਧ ਤੁਸੀਂ ਨਹੀਂ ਦੇਣੇ। ਦਿੱਲੀ ਦੇ ਮੋਰਚਿਆਂ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਦਿਵਸ ਦੇ ਵਜੋਂ ਅੱਜ ਦਾ ਦਿਨ ਮਨਾਇਆ ਗਿਆ। ਅੱਜ ਕੌਮਾਂਤਰੀ ਮਜ਼ਦੂਰ ਦਿਹਾੜਾ ਹੁੰਦਾ ਹੈ। 3 ਖੇਤੀ ਕਾਨੂੰਨ ਅਤੇ ਲੇਬਰ ਕੋਡ ਰੱਦ ਕਰਵਾਉਣ ਦੇ ਲਈ ਇਕਜੁੱਟਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਹੁਣ ਹੋਰ ਵੱਡਾ ਧਮਾਕਾ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ 5 ਸਾਲ ਪੁਰਾਣੀ ਵੀਡੀਓ ਤੇ ਹੁਣ ਦੀ ਵੀਡੀਓ ਨੂੰ ਮਿਕਸ ਕਰਕੇ ਇੱਕ ਪੋਸਟ ਕੀਤੀ ਹੈ। ਵੀਡੀਓ ਉਸ ਦੇ ਵਿੱਚ ਕੀ ਖੁਲਾਸਾ ਕੀਤਾ ਹੈ, ਕੈਪਟਨ ਨੇ ਉਦੋਂ ਕੀ ਕਿਹਾ ਸੀ ਇੱਕੋ ਹੀ ਮਸਲੇ ਬਾਰੇ ਤੇ ਹੁਣ ਕੀ ਕਿਹਾ, ਇਹ ਬੁਲੇਟਿਨ ਦੇ ਵਿਸਥਾਰ ਵਿੱਚ ਤੁਹਾਨੂੰ ਦੱਸਾਂਗੇ। ਕੋਟਕਪੂਰਾ ਗੋਲੀਕਾਂਡ ਦੇ ਵਿੱਚ ਫਰੀਦਕੋਟ ਅਦਾਲਤ ਨੇ ਦੂਸਰੀ ਕੇਸ ਫਾਈਲ ਵੀ ਬੰਦ ਕਰ ਦਿੱਤੀ ਹੈ। ਪੁਲਿਸ ਦੇ 2 ਵੱਡੇ ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਦੇ ਹੁਕਮਾਂ ਤਹਿਤ ਕਹਿੰਦੇ ਕਾਰਵਾਈ ਕਰਨੀ ਜ਼ਰੂਰੀ ਸੀ। ਹੈਦਰਾਬਾਦ ਤੋਂ ਕੋਵੈਕਸਿਨ ਦੀਆਂ 8 ਕਰੋੜ ਦੀਆਂ 2,40,000 ਖੁਰਾਕਾਂ ਕਰਨਾਲ ਲਿਆ ਰਿਹਾ ਟਰੱਕ ਮੱਧ ਪ੍ਰਦੇਸ਼ ਦੇ ਵਿੱਚ ਲਾਵਾਰਿਸ ਹਾਲਤ ਦੇ ਵਿੱਚ ਮਿਲਿਆ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਆਪਦੀ ਹੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਯੂਪੀ ਦੇ ਵਿੱਚ ਬੀਜੇਪੀ ਦੇ ਹੀ ਵਿਧਾਇਕ ਨੇ ਪੰਚਾਇਤੀ ਚੋਣਾਂ ਤੇ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਨੇ। ਮੋਦੀ ਸਰਕਾਰ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਹੈ ਉਸ ਦਾ ਦਿੱਲੀ ਦੇ ਵਿੱਚ ਧੜਾਧੜ ਨਿਰਮਾਣ ਚੱਲ ਰਿਹਾ ਹੈ। ਸੈਂਟਰਲ ਵਿਸਟਾ ਦਾ ਨਿਰਮਾਣ ਆਖਿਰਕਾਰ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਇਹ ਜ਼ਰੂਰੀ ਚੀਜ਼ ਕਿਵੇਂ ਹੋ ਸਕਦੀ ਹੈ, ਜ਼ਰੂਰੀ ਕੰਮ ਕਿਵੇਂ ਹੋ ਸਕਦਾ ਹੈ, ਇਹ ਖਬਰ ਵੀ ਵਿਸਥਾਰ ਦੇ ਵਿੱਚ ਦੱਸਾਂਗੇ। ਨੇਪਾਲ ਦੇ ਵਿੱਚ ਸਿਹਤ ਮੰਤਰਾਲੇ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਮਜਬੂਰ ਹਾਂ, ਕਰੋਨਾ ਦੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਨੇ। ਅਫਗਾਨਿਸਤਾਨ ਦੇ ਵਿੱਚ ਕਾਰ ਬੰਬ ਧਮਾਕੇ ਵਿੱਚ 30 ਲੋਕਾਂ ਦੀ ਜਾਨ ਚਲੀ ਗਈ ਹੈ। ਰੂਸੀ ਵੈਕਸੀਨ ਸਪੁਤਨਿਕ 20 ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀ ਸੁਨੇਹਾ ਭੇਜਿਆ, ਇਹ ਵੀ ਤੁਹਾਨੂੰ ਇਸ ਬੁਲੇਟਿਨ ਦੇ ਵਿੱਚ ਦੱਸਾਂਗੇ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੀ ਸ਼ੁਰੂਆਤ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਦੇ ਨਾਲ ਜੁੜੀ ਹੋਈ ਖਬਰ ਦੇ ਨਾਲ। ਸਿੱਖ ਕੌਮ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਅੱਜ 400 ਸਾਲਾ ਪ੍ਰਕਾਸ਼ ਦਿਹਾੜਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਸਾਰੇ ਦਰਸ਼ਕਾਂ ਨੂੰ, ਸਾਰੀ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਹਾਂ। ਗੁਰੂ ਸਾਹਿਬ ਦਾ ਪ੍ਰਕਾਸ਼ 1621 ਦੇ ਵਿੱਚ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਤੇ ਜਿੱਥੇ ਪ੍ਰਕਾਸ਼ ਹੋਇਆ ਸੀ ਉੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਸੁਭਾਏਮਾਨ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਡੇ ਸਮਾਗਮ ਹੋਣੇ ਸੀ ਗੁਰੂ ਕੇ ਮਹਿਲ ਦੇ ਵਿੱਚ, ਪਰ ਕਰੋਨਾ ਕਰਕੇ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹਨਾਂ ਪ੍ਰੋਗਰਾਮਾਂ ਨੂੰ ਸ਼ਿਫਟ ਕਰ ਦਿੱਤਾ ਸੀ। ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਇੱਥੇ ਵੱਡੇ ਸਮਾਗਮ ਕਰਵਾਏ ਗਏ। ਹਾਲਾਂਕਿ ਕਰੋਨਾ ਕਰਕੇ ਸੰਗਤ ਦੀ ਗਿਣਤੀ ਕਾਫੀ ਘੱਟ ਦਿਖੀ ਹੈ, ਪਰ SGPC ਦੇ ਵੱਲੋਂ ਆਨਲਾਈਨ ਲਾਈਵ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜਿਨ੍ਹਾਂ ਸਮਾਗਮਾਂ ਨੂੰ ਸਾਰੀ ਦੁਨੀਆ ਨੇ ਸੁਣਿਆ। SGPC ਦੇ ਵੱਲੋਂ ਪ੍ਰਬੰਧ ਕੀਤਾ ਗਿਆ ਸੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਖੂਬਸੂਰਤ ਜਲੌ ਵੀ ਸਜਾਏ ਗਏ, ਸੰਗਤ ਨੇ ਮੱਥਾ ਟੇਕਿਆ। ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸੀ ਤੇ ਫਿਰ ਉਸ ਤੋਂ ਬਾਅਦ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਪਾਏ ਗਏ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਪ੍ਰੀਤ ਸਿੰਘ ਅਤੇ SGPC ਪ੍ਰਧਾਨ ਬੀਬੀ ਜਗੀਰ ਕੌਰ ਵੀ ਪਹੁੰਚੇ ਹੋਏ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦੇ ਮੌਕੇ ਲੱਖਾਂ ਕਰੋੜਾਂ ਸੰਗਤਾਂ ਦਾ ਸੀਸ ਝੁਕਿਆ ਹੋਏਗਾ। ਵੱਡੀ ਪੱਧਰ ਤੇ ਪ੍ਰਕਾਸ਼ ਪੁਰਬ ਮਨਾਏ ਜਾਣ ਦੀ ਚਰਚਾ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਸੀ, ਪਰ ਅਸੀਂ ਸਭ ਗੁਰੂ ਪਾਤਸ਼ਾਹ ਦੇ ਅਸਲ ਸੇਵਕ ਤਾਂ ਹੀ ਅਖਵਾ ਸਕਦੇ ਹਾਂ ਜੇ ਅਸੀਂ ਆਪ ਜੀ ਦੇ ਕੁਰਬਾਨੀ, ਤਿਆਗ ਤੇ ਸੂਰਬੀਰਤਾ ਭਰੇ ਜੀਵਨ ਤੋਂ ਕਿਣਕਾ ਮਾਤਰ ਵੀ ਸੇਧ ਲਵਾਂਗੇ, ਕਿਉਂਕਿ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਗੁਰੂ ਹੋਏ ਨੇ। ਗੁਰੂ ਸਾਹਿਬ ਦੀ ਉਚਾਰੀ ਬਾਣੀ ਸ਼ਲੋਕ ਮਹੱਲਾ 9ਵਾਂ ਕੱਲੇ ਸਿੱਖਾਂ ਲਈ ਹੀ ਨਹੀਂ ਬਲਕਿ ਸਾਰੀ ਮਾਨਵਤਾ ਦੇ ਲਈ ਵੱਡਾ ਉਪਦੇਸ਼ ਹੈ। ਕੱਲਾ ਕੱਲਾ ਵਾਕ ਸਾਡੇ ਸਭ ਦੇ ਲਈ ਸ਼ਲੋਕ ਹੈ, ਜਿਸ ਨੂੰ ਸਮਝਣ, ਮੰਨਣ ਤੇ ਧਾਰਨ ਕਰਨ ਦੀ ਲੋੜ ਹੈ। ਗੁਰੂ ਸਾਹਿਬ ਨੇ ਇੱਕ ਮਰਦੇ ਹੋਏ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਦੇ ਦਿੱਤਾ ਸੀ, ਪਰ ਸਾਡੇ ਵਿੱਚ ਅੱਜ ਸਹਿਣਸ਼ੀਲਤਾ ਹੀ ਕਿੰਨੀ ਕੁ ਹੈ, ਇਹ ਆਪਾਂ ਨੂੰ ਆਤਮ ਮੰਥਨ ਕਰਨ ਦੀ ਲੋੜ ਹੈ। ਅੱਜ 1 ਮਈ ਦਾ ਦਿਨ ਮਜ਼ਦੂਰ ਦਿਹਾੜੇ ਵਜੋਂ ਵੀ ਮਨਾਇਆ ਜਾਂਦਾ ਹੈ ਤੇ ਅਸੀਂ ਸੰਤ ਰਾਮ ਉਦਾਸੀ ਦੀਆਂ ਕੁਝ ਜਿਹੜੀਆਂ ਸਤਰਾਂ ਨੇ ਉਹ ਜ਼ਰੂਰ ਪੜਾਂਗੇ। ਜਿਹੜੇ ਦੁਨੀਆ ਭਰ ਦੇ ਕਾਮੇ ਨੇ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ, ਕਿਉਂਕਿ ਹੱਥੀਂ ਕਿਰਤ ਕਰਨ ਵਾਲੇ ਜੇ ਕਾਮੇ ਦੁਨੀਆ 'ਚ ਨਾ ਹੋਣ ਤਾਂ ਇੰਡਸਟਰੀ ਚੱਲ ਹੀ ਨਹੀਂ ਸਕਦੀ। ਜਿੱਥੇ ਲੋਕ ਬੜੇ ਮਜਬੂਰ ਜਿਹੇ, ਦਿੱਲੀ ਦੇ ਦਿਲ ਤੋਂ ਦੂਰ ਜਿਹੇ ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ, ਜਿੱਥੇ ਮਰ ਕੇ ਚੰਮ ਲਜਾਵਦੇ ਹਨ ਪੂਜਕ ਤੇਰੇ, ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ, ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਅਤੇ ਦਿੱਲੀ ਤੋਂ ਜੁੜੀਆਂ ਹੋਈਆਂ ਖਬਰਾਂ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ 1 ਹਫ਼ਤੇ ਦਾ ਲੋਕਡਾਊਨ ਹੋਰ ਵਧਾ ਦਿੱਤਾ ਹੈ। ਹੁਣ ਜਿਹੜਾ ਲੋਕਡਾਊਨ 3 ਮਈ ਤੱਕ ਸੀ, ਹੁਣ 10 ਮਈ ਤੱਕ ਹੋਵੇਗਾ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕੀ ਕੁਝ ਪਾਬੰਦੀਆਂ ਰਹਿਣਗੀਆਂ 15 ਮਈ ਤੱਕ, ਉਹ ਅਸੀਂ ਤੁਹਾਨੂੰ ਸਾਰੀਆਂ ਦੱਸ ਦਿੰਦੇ ਹਾਂ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਇਹ ਸਾਰੀਆਂ ਪਾਬੰਦੀਆਂ ਨੇ ਜਿਹੜੀਆਂ ਉਹਨਾਂ ਦਾ ਐਲਾਨ ਕੀਤਾ ਗਿਆ, ਪਰ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਕਿਉਂਕਿ ਇੱਕ ਦੁਬਿਧਾ ਜਿਹੜੀ ਉਹ ਸ਼ਾਇਦ ਮੀਡੀਆ ਦੇ ਕੁਝ ਹਿੱਸੇ ਦੇ ਵੱਲੋਂ ਫੈਲਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਨੇ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਨੇ, ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਨੇ, ਪਰ ਜਿਹੜਾ ਪੰਜਾਬ ਸਰਕਾਰ ਦਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਹੈ ਉਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਪਾਬੰਦੀਆਂ ਉਹੀ ਨੇ, ਸਿਰਫ ਉਹਨਾਂ ਨੂੰ ਇਕੱਠਾ ਕਰਕੇ ਹੁਣ ਇੱਕ ਵਾਰੀ ਫਿਰ ਤੋਂ ਨੋਟੀਫਿਕੇਸ਼ਨ ਕੱਢ ਦਿੱਤਾ ਗਿਆ। ਇਹ ਸਾਰੀਆਂ ਪਾਬੰਦੀਆਂ ਨੇ ਜਿਹੜੀਆਂ 15 ਮਈ ਤੱਕ ਪੰਜਾਬ ਦੇ ਵਿੱਚ ਲਾਗੂ ਰਹਿਣਗੀਆਂ। ਸਭ ਤੋਂ ਪਹਿਲੀ ਗੱਲ, ਨਾਈਟ ਕਰਫਿਊ ਉਸੇ ਤਰ੍ਹਾਂ ਹੀ ਰਹੇਗਾ। ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਇਸ ਦੇ ਨਾਲ ਜਿਹੜੀ ਪਬਲਿਕ ਟਰਾਂਸਪੋਰਟ ਹੈ, ਜਨਤਕ ਵਾਹਨ ਹੈਗੇ ਨੇ, ਬੱਸ, ਟੈਕਸੀਆਂ ਤੇ ਆਟੋ, ਉਹਨਾਂ ਦੇ ਵਿੱਚ ਸਿਰਫ 50% ਸਵਾਰੀਆਂ ਹੀ ਬਿਠਾਈਆਂ ਜਾ ਸਕਦੀਆਂ ਨੇ। ਸੂਬੇ ਦੇ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਜਾਂ ਫਿਰ ਜਿਹੜੇ ਖੇਡ ਦੇ ਮੈਦਾਨ ਹੈਗੇ ਨੇ, ਸਪੋਰਟਸ ਕੰਪਲੈਕਸ ਹੈਗੇ ਨੇ, ਉਹ ਬਿਲਕੁਲ ਬੰਦ ਰਹਿਣਗੇ। ਸਾਰੇ ਰੈਸਟੋਰੈਂਟ, ਹੋਟਲ, ਕੈਫੇ, ਕਾਫੀ ਸ਼ਾਪਸ, ਫਾਸਟ ਫੂਡ ਆਊਟਲੈਟਸ ਜਾਂ ਢਾਬੇ, ਇਹਨਾਂ ਦੇ ਵਿੱਚ ਤੁਸੀਂ ਜਾ ਕੇ ਬਹਿ ਕੇ ਨਹੀਂ ਖਾ ਸਕਦੇ। ਇਹ ਸਿਰਫ ਜਿਹੜਾ ਹੋਮ ਡਿਲੀਵਰੀ ਕਰ ਸਕਦੇ ਨੇ ਜਾਂ ਫਿਰ ਤੁਸੀਂ ਟੇਕ ਅਵੇ ਇੱਥੋਂ ਜਾ ਕੇ ਲੈ सकते हो। रात को 9 बजे तक के सिर्फ होम डिलीवरी कर सकते हैं। कोई भी अंदरूनी अंदर बैठ के खाने की इजाजत नहीं होएगी। सारिया दुकाना, सारे मॉल, सारे मल्टीपलैक्स हॉल ने जिहड़े उह शाम नूं 5 बजे तक हर रोज़ बंद हो जाणगे। जिहड़ियां हफ्तावरी बाजार हुंदे ने, मंडियां लगदियां ने, जिमें कि अपनी मंडी, ये सारियां मंडियां ने जिहड़ियां ये बंद रहणगियां, ये पंजाब सरकार ने कहा। तो हर तरह का समाजिक, सभ्याचारक, खेडां नूं लै के जां फिर धार्मिक इकट्ठ, इन्हां सारे इकट्ठां दे उत्ते पाबंदी रहेगी। 20 तो वध लोग किसी भी इकट्ठ दे विच इकट्ठे नहीं हो सकते, ना विआह, ना भोग, ना अंतिम संस्कार। जे 10 तो वध लोगों ने इकट्ठे होना है तो उहदे लई परमिशन लैनी पवेगी। 10 तक तुसीं बिना इजाजत तो इकट्ठे हो सकते हो। सूबे दे विच हर तरह ਦੀ ਪੋਲੀਟੀਕਲ ਰੈਲੀ, ਪੋਲੀਟੀਕਲ ਇਕੱਠ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਰੋਕ ਰਹੇਗੀ। ਜਿਹੜਾ ਵੀ ਪੋਲੀਟੀਕਲ ਇਕੱਠ ਕਰੇਗਾ, ਪ੍ਰਬੰਧ ਕਰਨ ਵਾਲਾ ਜਾਂ ਫਿਰ ਲੀਡਰ, ਉਹਨਾਂ ਦੇ ਖਿਲਾਫ FIR ਕੀਤੀ ਜਾਏਗੀ। ਜੇ ਕੋਈ ਇਕੱਠ ਕਰੇਗਾ, ਜਿਹੜੇ ਵੀ ਇਸ ਇਕੱਠ ਕਰਨ ਦੇ ਵਿੱਚ ਆਪਣਾ ਸਹਿਯੋਗ ਦੇਣਗੇ, ਟੈਂਟ ਹਾਊਸ ਵਾਲੇ ਜਾਂ ਫਿਰ ਮਿਊਜ਼ਿਕ ਸਿਸਟਮ ਵਾਲੇ, ਉਹਨਾਂ ਸਾਰਿਆਂ ਦੇ ਖਿਲਾਫ ਵੀ ਜਿਹੜਾ ਮਹਾਮਾਰੀ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਜਿਹੜੇ ਵੀ ਲੋਕ ਇਹਨਾਂ ਇਕੱਠਾਂ ਦੇ ਵਿੱਚ ਸ਼ਾਮਿਲ ਹੋਣਗੇ, ਉਹਨਾਂ ਨੂੰ 5 ਦਿਨਾਂ ਦੇ ਲਈ ਆਪਣੇ ਘਰ ਦੇ ਵਿੱਚ ਇਕਾਂਤਵਾਸ ਹੋ ਕੇ ਰਹਿਣਾ ਪਵੇਗਾ। ਸੂਬੇ ਦੇ ਸਾਰੇ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ, ਸਾਰੇ ਟਿਊਸ਼ਨ ਸੈਂਟਰ 15 ਮਈ ਤੱਕ ਬੰਦ ਰਹਿਣਗੇ। ਸਾਰੇ ਮੈਡੀਕਲ ਕਾਲਜ ਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ, ਕਿਉਂਕਿ ਉੱਥੇ ਲੋਕ ਇਲਾਜ ਕਰਵਾਉਣ ਦੇ ਲਈ ਜਾਂਦੇ ਨੇ। ਜਿੰਨੇ ਵੀ ਪੇਪਰ ਹੈਗੇ ਨੇ, ਜਿੰਨੇ ਵੀ ਤਰ੍ਹਾਂ ਦੇ ਐਗਜ਼ਾਮ ਨੇ, ਚਾਹੇ ਉਹ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਹੋਣ ਜਾਂ ਫਿਰ ਜਿਹੜੇ ਕੰਪੀਟੀਸ਼ਨ ਐਗਜ਼ਾਮ ਹੁੰਦੇ ਨੇ, ਉਹ ਸਾਰੇ ਮੁਲਤਵੀ ਕਰ ਦਿੱਤੇ ਗਏ ਨੇ। ਸਾਰੇ ਪ੍ਰਾਈਵੇਟ ਦਫ਼ਤਰ, ਜਿਨ੍ਹਾਂ ਦੇ ਵਿੱਚ ਸਰਵਿਸ ਇੰਡਸਟਰੀ ਜਾਂ ਫਿਰ ਆਰਕੀਟੈਕਚਰ ਦੇ ਦਫ਼ਤਰ ਹੁੰਦੇ ਨੇ, CA ਹੁੰਦੇ ਨੇ, ਚਾਰਟਰਡ ਅਕਾਊਂਟੈਂਟਸ ਜਾਂ ਫਿਰ ਇੰਸ਼ੋਰੈਂਸ ਕੰਪਨੀਜ਼, ਇਹਨਾਂ ਸਾਰਿਆਂ ਨੂੰ ਦਫ਼ਤਰ ਖੋਲ੍ਹਣ ਦੀ ਆਗਿਆ ਨਹੀਂ ਹੈ। ਇਹ ਸਿਰਫ ਵਰਕ ਫਰੋਮ ਹੋਮ ਕਰ ਸਕਦੇ ਨੇ, ਘਰਾਂ ਤੋਂ ਕੰਮ ਕਰ ਸਕਦੇ ਨੇ। पंजाब सरकार के इस हुक्मां की कॉपी दे विच भी लिखिया होया जिहड़े माइक्रो कंटेनमेंट जोन हैगे ने, उन्हां दे विच सख्ती रहेगी, पूरी सख्ती रहेगी। उन्हां दे विच लोकां नूं आम घुमण की आग्या नहीं होवेगी। हुण तुहानूं दस दिंदे हां कि पंजाब सरकार दे हुक्मां दी कॉपी दे विच जिहड़ियां चीज़ां तो छूट दित्ती गई है, वो तुहानूं दस दिंदे हां। सब तो पहली गल, हस्पताल ते पशुआं दे जिहड़े हस्पताल ने, जिन्नियां भी डॉक्टरी सेवावां ने, डॉक्टरी सहूलतां हैगियां ने, वो सारियां खुल्लियां रहणगीयां। पब्लिक ते प्राइवेट सैक्टर दीयां जिहड़ी सप्लाई है दवाइयां दी जां फिर दवाइयां नाल जुड़े उपकरणां दी, वो जारी रहेगी। उहनां ते कोई भी रोक नहीं होएगी। पर तुहाडे कोल तुहाडा आई कार्ड होना चाहीदा। जे तुसीं डॉक्टर हो, तुसीं मूवमेंट कर रहे हो, तुहाडे कोल तुहाडा आई कार्ड है जिहड़ा ओह होना चाहिए। ई-कॉमर्स कंपनियां ने ओह भी अपनी सेवावां दिंदियां रहणगियां। कैमिस्ट दीयां दुकानां ते जिहड़ियां जरूरी वस्तुआं दीयां दुकानां ने, राशन, दुध, ब्रैड, सब्जियां, फल, डेयरी प्रोडक्ट्स, ये सारियां जिहड़ियां खुल्लियां रहणगियां। इस दे नाल ही जिहड़े भी यात्री, जिहड़े भी लोग यात्रा कर रहे ने, चाहे हवाई यात्रा जां फिर रेल गड्डियां राहीं जां फिर बसां राहीं, उन्हां दे जिहड़े ट्रैवल डॉकूमेंट ने वो देखे जाएंगे। तो हवाई यात्रा वाले जिहड़े लोग हैगे ने, वो जे दूसरे मुल्क तो इधर आ रहे हैं तो उन्होंने भी पालना करनी पवेगी, नियमां दी, क्वारंटीन दे विच रहना पवेगा। उन्हों दे कोल नैगेटिव रिपोर्ट भी होनी जरूरी है। पेंडू ते शहरी इलाकों दे विच जिहड़ियां उसारी वाली गतिविधियां ने हुंदियां रहणगियां, कंस्ट्रक्शन एक्टिविटीज़ हुंदियां रहणगियां ते खेतीबाड़ी दे नाल जुड़े धंदे ने जिहड़े वो भी बंद नहीं होणगे, वो भी चलदे रहणगे। ते टीकाकरण केंद्र ने जिहड़े वो भी खुल्ले रहणगे। ਪੈਟਰੋਲ ਪੰਪ, ਪੈਟਰੋਲੀਅਮ ਪ੍ਰੋਡਕਟਸ, LPG ਜਾਂ ਇਹੋ ਜਿਹੀਆਂ ਜਿਹੜੀਆਂ ਸੇਵਾਵਾਂ ਨੇ, ਜ਼ਰੂਰੀ ਸੇਵਾਵਾਂ, ਉਹ ਵੀ ਖੁੱਲੀਆਂ ਰਹਿਣਗੀਆਂ। ਉਹਨਾਂ ਦੇ ਜਿਹੜੇ ਰੀਟੇਲ ਉਹ ਕਰਦੇ ਰਹਿਣਗੇ, ਆਪਣੇ ਪ੍ਰੋਡਕਟਸ ਦੀ ਰੀਟੇਲ ਹੈ ਜਿਹੜੀ ਉਹ ਕਰ ਸਕਦੇ ਨੇ। ਇਸ ਦੇ ਨਾਲ ਟੈਲੀਕਮਿਊਨੀਕੇਸ਼ਨ, ਇੰਟਰਨੈਟ ਸਰਵਿਸਿਸ, ਬ੍ਰਾਡਕਾਸਟਿੰਗ ਤੇ ਕੇਬਲ ਸਰਵਿਸਿਸ, IT ਤੇ IT ਦੀਆਂ ਜਿਹੜੀਆਂ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਉਹ ਵੀ ਖੁੱਲੀਆਂ ਰਹਿ ਸਕਦੀਆਂ ਨੇ। ਕੋਲਡ ਸਟੋਰੇਜ ਤੇ ਵੇਅਰ ਹਾਊਸਿੰਗ ਸੇਵਾਵਾਂ ਉਹ ਵੀ ਚੱਲਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਜਿਹੜੀਆਂ ਬੈਂਕਿੰਗ ਸੇਵਾਵਾਂ ਹੈਗੀਆਂ ਨੇ, ਸਾਰੀਆਂ ਸਾਰੇ ਬੈਂਕ, ATM ਜਾਂ ਫਿਰ ਕੈਸ਼ ਵੈਨਸ ਨੇ, ਉਹ ਮੂਵਮੈਂਟ ਕਰ ਸਕਦੀਆਂ ਨੇ ਪੰਜਾਬ ਦੇ ਵਿੱਚ। ਸੋ ਇਹ ਸਾਰੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਨਾਲ ਵੀ ਮਾਸਕ, ਨਾਲ ਹੀ ਮਾਸਕ ਪਾਉਣ ਦੀ ਸਲਾਹ ਵੀ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ। ਡਿਸਟੈਂਸ ਜਿਹੜਾ ਉਹ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। ਤੇ ਜਿੰਨਾ ਜੇ ਜ਼ਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਵੀ ਕੀਤੀ ਗਈ ਹੈ। पंजाब के मुख्य मंत्री कैप्टन अमरिंदर सिंह ने सूबे दे विच ऑक्सीजन की घाट के हालातों का जायजा लैंदियां ऑक्सीजन सिलेंडर की काला बाजारी जमाखोरी या फिर निजी मुनाफा कमाउण या सूबे तो बाहर ऑक्सीजन की तस्करी जे कोई करता है उस दे खिलाफ सख्त कार्रवाई की चेतावनी दी है। हालांकि कैप्टन ने यह राहत भी नाल एक दे दी है, उन्होंने हस्पतालों नूं जिथे ऑक्सीजन की घाट करके कोई भी दुर्घटना वापरी है उन्होंने खिलाफ कोई भी सख्त कार्रवाई नहीं की जाएगी। प्राइवेट हस्पतालों में बैडों की गिणती बढ़ाने बारे भी कैप्टन ने कहा तो कहा कि सरकारी एजेंसियों के वलों इन हस्पतालों को लोड़ींदी ऑक्सीजन सप्लाई की जाएगी। कैप्टन ने भी दस्सिया कि सूबे नूं 2 लाख खुराकां मिलियां सी पर यह 45 साल तो वध उम्र वर्ग के जिहड़े लोग ने उन्हां दे 2 दिन दीआं लोड़ां पूरीआं करन दे लई भी नाकाफी सी, इस करके 1 मई तो असीं टीकाकरण शुरू नहीं कर सके। मुख्यमंत्री कैप्टन अमरिंदर सिंह ने यह भी स्पष्ट कर दिता कि लॉकडाउन लाना इस महामारी का हल नहीं है। हालांकि कैप्टन ने पंजाब के 6 जिले मोहाली लुधियाना जलंधर बठिंडा पटियाला ते अमृतसर के डिप्टी कमिश्नरां नूं निर्देश भी दिते ने कि सुरक्षा नूं होर सख्त करदिया होया माइक्रो कंटेनमेंट जोन बनाए जाण ते 100% ਟੈਸਟਿੰਗ ਹੈ ਜਿਹੜੀ ਉਹ ਪੁਖਤਾ ਕੀਤੀ ਜਾਵੇ। ਕੈਪਟਨ ਨੇ ਵੀ ਕਿਹਾ ਕਿ ਉਦਯੋਗ ਜਗਤ ਨੂੰ ਆਪਣੇ ਕੋਵਿਡ ਟ੍ਰੀਟਮੈਂਟ ਸੈਂਟਰ ਬਣਾਉਣੇ ਚਾਹੀਦੇ ਨੇ ਤੇ ਆਪਣੇ ਕਰਮਚਾਰੀਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਕਿਹਾ ਕਿ ਲੌਕਡਾਊਨ ਹੈ ਜਿਹੜਾ ਇਸ ਮਸਲੇ ਦਾ ਹੱਲ ਨਹੀਂ ਹੈ, ਕਰੋਨਾ ਵਾਇਰਸ ਮਹਾਮਾਰੀ ਦਾ ਹੱਲ ਨਹੀਂ ਹੈ ਪਰ ਲੌਕਡਾਊਨ ਅੰਸ਼ਿਕ ਰੂਪ ਦੇ ਵਿੱਚ ਤਾਂ ਕਿਤੇ ਨਾ ਕਿਤੇ ਲੱਗ ਹੀ ਰਿਹਾ ਹੈ। ਲੋਕਾਂ ਨੂੰ ਭਰੋਸਾ ਨਹੀਂ ਹੋ ਪਾ ਰਿਹਾ ਸਰਕਾਰਾਂ ਦੇ ਇਹਨਾਂ ਬਿਆਨਾਂ ਦੇ ਉੱਤੇ ਕਿਉਂਕਿ ਪਹਿਲਾਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਲੌਕਡਾਊਨ ਨਹੀਂ ਲੱਗੇਗਾ। ਪਹਿਲਾਂ ਤਾਂ ਕੱਲਾ ਜਿਹੜਾ 1 ਦਿਨ ਦੇ ਲੌਕਡਾਊਨ ਦੀ ਗੱਲ ਹੋਈ, ਫਿਰ ਵੀਕਐਂਡ ਲੌਕਡਾਊਨ ਵੀ ਲੱਗ ਚੁੱਕਿਆ ਤੇ ਹੁਣ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਹਫਤਾਵਾਰੀ ਜਾਂ ਫਿਰ 15 ਦਿਨ ਦਾ ਲੌਕਡਾਊਨ ਲਾਉਣ ਦੇ ਵਿੱਚ ਵੀ ਸਰਕਾਰਾਂ ਦੇਰੀ ਨਹੀਂ ਕਰਨਗੀਆਂ। ਹਾਲਾਂਕਿ ਉਹ ਕਹਿ ਰਹੇ ਨੇ ਕਿ ਅਸੀਂ ਲੌਕਡਾਊਨ ਨਹੀਂ ਲਾਵਾਂਗੇ। ਪੰਜਾਬ ਦੇ ਵਿੱਚ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ। ਖਬਰ ਬਨੂੜ ਤੋਂ ਹੈ ਜਿੱਥੇ ਗਿੱਪੀ ਗਰੇਵਾਲ ਸ਼ੂਟਿੰਗ ਦੇ ਵਿੱਚ ਮਸ਼ਰੂਫ ਸੀ ਤਾਂ ਬਨੂੜ ਪੁਲਿਸ ਨੇ ਕੇਸ ਦਰਜ ਕਰ ਲਿਆ। ਬਨੂੜ ਪੁਲਿਸ ਨੇ ਜ਼ਿਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਕਰਾਲਾ ਦੇ ਫਾਰਮ ਹਾਊਸ ਦੇ ਵਿੱਚ ਬਣੇ ਖੁੱਲੇ ਸਟੂਡੀਓ ਦੇ ਵਿੱਚ ਪੰਜਾਬੀ ਕਾਮੇਡੀ ਫਿਲਮ ਗਿਰਧਾਰੀ ਲਾਲ ਦੀ ਸ਼ੂਟਿੰਗ ਕਰ ਰਹੇ ਗਿੱਪੀ ਗਰੇਵਾਲ ਤੇ ਉਸਦੇ ਦਰਜਨਾਂ ਸਾਥੀਆਂ ਤੇ ਪਰਚਾ ਦਰਜ ਕੀਤਾ। ਥਾਣਾ ਬਨੂੜ ਦੇ ਮੁਖੀ ਬਲਵਿੰਦਰ ਸਿੰਘ ਨੇ ਸ਼ੂਟਿੰਗ ਦੀ ਇਤਲਾਹ ਮਿਲਣ ਦੇ ਉੱਤੇ ਪੁਲਿਸ ਪਾਰਟੀ ਦੇ ਨਾਲ ਛਾਪਾ ਮਾਰਿਆ। ਜਦੋਂ ਛਾਪਾ ਮਾਰਿਆ ਤਾਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਬਿਨਾਂ ਕਿਸੇ ਪ੍ਰਵਾਨਗੀ ਤੋਂ। ਪੁਲਿਸ ਨੂੰ ਵੇਖਦਿਆਂ ਹੀ ਸੈੱਟ ਤੇ ਹਫੜਾ ਦਫੜੀ ਮਚ ਗਈ, ਕਈ ਕਲਾਕਾਰ ਤਾਂ ਮੌਕੇ ਤੋਂ ਹੀ ਪੱਤਰਾ ਵਾਚ ਗਏ। ਥਾਣਾ ਮੁਖੀ ਦੇ ਵੱਲੋਂ ਮੌਕੇ ਤੇ ਹੀ ਦਫਾ 188 ਤਹਿਤ ਕਾਰਵਾਈ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ। ਗਿੱਪੀ ਗਰੇਵਾਲ ਨੇ ਕਿਹਾ ਕਿ ਭਵਿੱਖ ਦੇ ਵਿੱਚ ਮੈਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਂਗਾ, ਨਿਯਮਾਂ ਦੀ ਉਲੰਘਣਾ नहीं करूंगा। इस मौके बनूड़ के कांग्रेसी लीडर ते साबका MC गुरमेल सिंह फौजी ने गिप्पी गरेवाल की जमानत लई, जिस तो बाद सैट तो चला गया ते सैट ते इस मौके 100 तो वध लोग मौजूद सीगे। पुलिस ने शूटिंग वाले स्टूडियो के मालिक खिलाफ भी कार्रवाई की है। भारत विच कोरोना वायरस की महामारी के इस नाजुक दौर दे विच आस्ट्रेलिया सरकार ने वड्डा ऐलान किया है। आस्ट्रेलिया की सरकार ने भारत तो आने वाले अपने ही नागरिकों ते भी हुण अस्थाई तौर पर पाबंदी ला दी है। इस तो पहला आस्ट्रेलिया सरकार ने भारत तो आउण ते जाण वालियां सारियां उड़ाणां 15 मई तक बैन कर रखियां ने ते हुण जिहड़े आस्ट्रेलिया दे सिटीजन भी ਆਸਟ੍ਰੇਲੀਆ ਦੇ ਵਿੱਚ ਭਾਰਤ ਤੋਂ ਵਾਪਸ ਨਹੀਂ ਜਾ ਸਕਦੇ। ਸਰਕਾਰ ਨੇ ਕਿਹਾ ਕਿ ਜੇ ਤੁਸੀਂ ਭਾਰਤ ਗਏ ਹੋਏ ਹੋ ਤਾਂ ਉੱਥੇ ਹੀ ਰਹੋ, ਵਾਪਸ ਨਾ ਆਇਓ। ਸਰਕਾਰ ਨੇ ਕਿਹਾ ਕਿ ਜੇ ਸਾਡੇ ਨਾਗਰਿਕ ਲੰਘੇ 14 ਦਿਨਾਂ ਤੋਂ ਭਾਰਤ ਦੇ ਵਿੱਚ ਹਨ ਤੇ ਜੇ ਉਹ ਮੁਲਕ ਪਰਤਦੇ ਨੇ ਤਾਂ ਅਸੀਂ ਉਹਨਾਂ ਨੂੰ 5 ਸਾਲ ਦੀ ਕੈਦ ਜਾਂ ਫਿਰ ਭਾਰੀ ਜੁਰਮਾਨਾ ਲਾਵਾਂਗੇ ਤੇ ਇਹ ਫੈਸਲਾ 3 ਮਈ ਤੋਂ ਲਾਗੂ ਹੋ ਜਾਏਗਾ, ਸੋਮਵਾਰ ਤੋਂ ਲਾਗੂ ਹੋ ਜਾਏਗਾ। ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਦੇ ਲਈ ਆਸਟ੍ਰੇਲੀਆ ਦੀ ਸਰਕਾਰ ਨੇ ਸਖਤ ਕਦਮ ਚੁੱਕਿਆ। ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੇ ਇਹ ਪਾਬੰਦੀ ਬਹੁਤ ਸਖਤ ਹੈ ਤੇ ਪਹਿਲੀ ਵਾਰੀ ਹੈ ਜਦੋਂ ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਵੀ ਆਪਣੇ ਮੁਲਕ ਪਰਤਣ ਦੀ ਇਜਾਜ਼ਤ ਨਹੀਂ ਦਿੱਤੀ। 9000 ਆਸਟ੍ਰੇਲੀਅਨ ਨਾਗਰਿਕ ਤਾਂ ਹੁਣੇ ਤਾਜ਼ਾ ਐਲਾਨ ਕੀਤੇ ਜਾਣ ਤੋਂ ਬਾਅਦ ਭਾਰਤ ਵਿੱਚ ਫਸ ਗਏ ਨੇ ਜਦੋਂ ਆਸਟ੍ਰੇਲੀਆ ਦੀ ਸਰਕਾਰ ਨੇ 15 ਮਈ ਤੱਕ ਭਾਰਤੀ ਉਡਾਣਾਂ ਤੇ ਰੋਕ ਲਾ ਦਿੱਤੀ। ਮਹਾਮਾਰੀ ਤੋਂ ਪਹਿਲਾਂ ਇੱਕ ਅੰਦਾਜ਼ੇ ਦੇ ਮੁਤਾਬਿਕ 10 ਲੱਖ ਆਸਟ੍ਰੇਲੀਅਨ ਨਾਗਰਿਕਾਂ ਦੇ ਵਿਦੇਸ਼ਾਂ ਵਿੱਚ ਫਸੇ ਹੋਣ ਦੀ ਜਾਣਕਾਰੀ ਸੀ। ਬਹੁਤ ਸਾਰੇ ਤਾਂ 2020 ਦੇ ਵਿੱਚ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਸੀ ਤੇ ਬਹੁਤੇ ਲੋਕ ਹਾਲੇ ਵੀ ਆਪਣੇ ਮੁਲਕ ਪਰਤਣ ਦੀ ਜਦੋਜਹਿਦ ਕਰ ਰਹੇ ਨੇ। ਤਾਜ਼ਾ ਅੰਕੜੇ ਦੱਸਦੇ ਨੇ ਕਿ ਹੁਣੇ-ਹੁਣੇ ਕਰੀਬ 36000 ਨਾਗਰਿਕਾਂ ਨੇ ਸਰਕਾਰ ਦੇ ਕੋਲ ਆਸਟ੍ਰੇਲੀਆ ਵਾਪਸ ਆਉਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਪਰ ਵਾਪਸ ਆਉਣ ਵਾਲੇ ਨਾਗਰਿਕਾਂ ਦੀ ਅਸਲ ਗਿਣਤੀ ਕਿਤੇ ਵੱਧ ਹੈ। ਮੌਜੂਦਾ ਸਮੇਂ ਦੇ ਵਿੱਚ ਪ੍ਰਤੀ ਹਫਤਾ ਯਾਨੀ ਕਿ ਇੱਕ ਹਫਤੇ ਦੇ ਵਿੱਚ ਸਿਰਫ 7000 ਲੋਕਾਂ ਨੂੰ ਹੀ ਮੁਲਕ ਪਰਤਣ ਦੀ ਇਜਾਜ਼ਤ ਹੈ ਪਰ ਇਹ ਲੋਕ ਭਾਰਤ ਤੋਂ ਨਹੀਂ ਹੋਣੇ ਚਾਹੀਦੇ। पर यह गिणती सरकार किसी भी वक्त घटा सकती है, जिहदे नाल उड़ाणा भी रद्द कीतियां जा सकदियां, रूट विच भी बदलाव किया जा सकता है। हालांकि आलोचक कह रहे हैं कि सरकार नूं अपना सिस्टम दुरुस्त करना चाहिए, क्वारंटीन का प्रबंध वधिया करना चाहिए तो ऑस्ट्रेलियन नागरिकों को अपने घर परतन की इजाजत है जिहड़ी होनी चाहिए है, उन्हां नाल मतरेया व्यवहार नहीं होना चाहिए। कोरोना कारण कैनेडा के सब तो वध प्रभावित ओंटारियो सूबे ने भी कौमांतरी विद्यार्थियों के दाखिले ते रोक लाने की मांग की है। ओंटारियो दे विच पढ़न आने वाले बहुत गिणती विद्यार्थी भारत तो हुंदे ने ते जे पाबंदी लग जाती है तो खास तौर पर पंजाबी विद्यार्थियों का ज़्यादा नुकसान होएगा, क्योंकि भारत तो जिन्ने विद्यार्थी कैनेडा जाते हैं या विदेशों में जाते हैं उन्हां विचों सब तो वध गिणती पंजाबी विद्यार्थियों की होंदी है। ओंटारियो के प्रीमियर डग फोर्ड ने यह ऐलान करदियां कहा कि ओंटारियो के विच सारे नवे केसां दे विचों 94% वायरस के नवे रूप हैं जो बाहरों आ रहे विद्यार्थियों ते लोकां कारण इत्थे आए ने, इसलिए उन्होंने संघी सरकार नूं अंतरराष्ट्रीय विद्यार्थियों के आउण दे उत्ते रोक लाउण दी अपील की है। हुण सरकार जस्टिन ट्रूडो की इस मंग नूं मनदी है जां नहीं मनदी यह जल्दी पता लग जाएगा। अमरीका के उगे महामारी माहिर डॉक्टर एंथनी फाउची ने भारत सरकार को वो सलाह दे दी है जिस तो सारे भारतीय डरते हैं। एंथनी फाउची ने कहा कि कोरोना वायरस को फैलन तो रोकने के लिए भारत को कुछ हफ्तों के लिए लॉकडाउन ला देना चाहिए। फाउची ने कहा कि कोई भी देश अपने आप को बंद नहीं करना चाहता, पर भारत में कुछ हफ्तों का लॉकडाउन इस कोरोना की लाग को तोड़ सकता है। कुछ हफ्तों लिए लॉकडाउन लाओ, एक दूजे का ख्याल रखो, हालात ठीक हो जाएंगे। ਕਹਿੰਦੇ जे लॉकडाउन लग जाएगा तो भारत को लंबे समय के लिए तैयारी करने का मौका जिहड़ा जरूर मिल जाएगा, पर इत्थे ये सवाल भी उठता है कि एक साल का समा घट सी, किन्ने महीने भारत इस महामारी दे उत्ते एक जिवें भारत सरकार दावा करती सी कि असीं जित प्राप्त कर ली है, साडे कोल कोई केस नहीं है, तो कई महीने मिले सी जो महामारी तो राहत मिली हुई सी कि उदों तैयारी करने का वक्त मिलिया नहीं सरकार नूं। फाउची ने कहा कि टीकाकरण है जिहड़ा वह एक उपाय जरूर हो सकता है, महत्वपूर्ण भी है, पर यह लोगों की ऑक्सीजन हस्पताल दे विच दाखिल होने अते इलाज दियां जरूरतां दियां मौजूदा समस्यावां नूं घट नहीं करेगा, क्योंकि टीके का जिहड़ा असर है उस नूं शरीर दे विच पैदा होने नूं थोड़ा टाइम लगता है। फाउची ने यह भी कहा कि भारत को दूसरे देशों तो अते विश्व सेहत संस्था तो भी मदद ले लैनी चाहिए है। अमरीका भी 4 मई तो भारत का हवाई सफर बंद करन जा रहा है, इसलिए अमरीका ने ऐलान कर दिता सी कुछ दिन पहला ही, तो हुण दस दिता है कि किन्ना किन्ना दे लई भारत का हवाई सफर बंद है 4 मई तो। अमरीकी राष्ट्रपति जो बाइडन ने एक नोटिफिकेशन जारी करदियां गैर अमरीकी नागरिकों की अमरीका विच एंट्री ते रोक ला दी है। हालांकि फैसला उन्हां लोकां ते लागू नहीं होएगा जिहड़े अमरीका के पक्के वसनीक ने जां फिर ग्रीन कार्ड होल्डर ने। अमरीका सरकार ने इस फैसले के पिछे भारत में लगातार वध रहे कोरोना केसां नूं दस्या है। राष्ट्रपति जो बाइडन ने अमरीका की यात्रा ते जिहड़ी पाबंदी लाई है उन्हां चों विद्यार्थियों, विद्वानां, पत्रकारां ते व्यक्तियां दीआं कुछ श्रेणियां नूं छूट दित्ती है। 4 मई तो भारत की यात्रा से पाबंदी लाने ऐलान के कुछ घंटिया बाद इस हुक्म के विच हालांकि सोध कर दी गई सी। पहला बाइडन ने हुक्म दिते सी कि जिहड़ा व्यक्ति अमरीकी नागरिक नहीं है तो लंघे 14 दिन तो भारत में रह रहा है उसनूं अमरीका च दाखिल नहीं होण देंगे। यात्रा पाबंदी की छोट के ब्राजील, चीन, ईरान ते दक्षिणी अफ्रीका के यात्रियों नूं भी छोट दिती गई है। हालांकि हुण तक ये जिहड़ी यात्रा दे उत्ते रोक लाई गई है ये अणमिथे समय के लिए लाई गई है, जदों तक जो बाइडन अगला कोई ऐलान नहीं कर देंदे। इस यात्रा रोकां चों कुछ लोकां नूं छोट दित्ती गई है जिन्हां विच अमरीकी नागरिक जां फिर जिहड़े PR हुंदे ने, स्थाई निवासी हुंदे ने, जां फिर उन्हां दे पति जां पत्नी, उन्हां दे उत्ते ये रोक नहीं होवेगी। इस रोक तो मनुखी अधिकार कारकुनां ते सेहत कर्मियां नूं भी बाहर रखिया गया जो होर यात्री अमरीका आउण तो पहलां 14 दिनां तक भारत विच रहे ने उन्हां ते ये रोक लागू रहेगी। तो जिहड़े लोग अमरीका जा सकते हैं जिन्हां ते रोक नहीं लाई गई है जदों अमरीका पहुंचणगे तां उन्हां नूं किहड़े नियमां दी पालना करनी होएगी वो भी तुहानूं दस दिंदे आ। सेंटर फॉर डिजीज़ कंट्रोल एंड प्रिवेंशन के मुताबिक भारत तो अमरीका आने वाले हर यात्री दे कोल नैगेटिव रिपोर्ट होनी जरूरी है। ये रिपोर्ट अमरीका पहुँचण तो 3 दिन पुरानी नहीं होनी चाहिए। वैक्सीन लवाई है जां नहीं ये जरूरी नहीं होएगा। यात्रियों नूं अमरीका पहुँचण दे 3 दिन बाद फिर टैसट करवाना होएगा तो खुद नूं क्वारंटीन करना होएगा। केवल यूनाइटेड एयरलाइंस होल्डिंग्स इंक ते एयर इंडिया ही अमरीका ते भारत दे विचकार नॉन स्टॉप फ्लाइटां उपलब्ध करवा रही ने। दो कंपनियां ते उड़ाना दे संबंधी आंकड़े देने वाली वैबसाइट सीरियम के मुताबिक यूनाइटेड एयरलाइंस दोवां देशों के विचकार हर दिन 4 उड़ाना भर रही है। एयर इंडिया की अप्रैल दे विच हर दिन 3 जां फिर 6 उड़ाना भारत अमरीका दरमियान उड़दियां ने। ते यह भी बड़ा जरूरी पक्ष तुहानूं दस दईए कि जे तुहाडी टिकट पहलां तो ही बुक है ते तुसीं यात्रा ते जिहड़ी रोक लाई है उस दे दायरे दे विच आउंदे हैगे हो तां तुहानूं 4 मई तो बाद यात्रा करन दी इजाज़त नहीं होवे, चाहे तुसी टिकट बुक ही करवाई हो। 4 मई तो पहला तुसी जे टिकट बुक करवाई है तां तुसी जा सकदे हो, 4 मई तो बाद नहीं जा सकोगे जिहड़े रोक दे विच आउंदे ने। हालांकि यूनाइटेड एयरलाइंस के बुलारे ने यह कहा कि असीं नवीं रोकां दा नवें नियमां दा पालन करांगे अते जिहड़े लोकां ने फ्लाइटां बुक करवाइयां होईयां ने पर अमरीका नहीं जा सकदे 4 मई तो बाद उन्हां नूं असीं रिफंड करांगे। कोरोना के कहर के दरमियान दिल्ली तो एक होर दिल दहलाउण वाली खबर आई है। दिल्ली के बत्रा हस्पताल दे विच हुण ऑक्सीजन की घाट कारण 8 कोविड-19 मरीजों की मौत की खबर मिली है। मरण वालों दे विच बत्रा हस्पताल के गैस्ट्रो एंटरोलॉजी विभाग के चेयरमैन भी शामिल ने, जबकि डॉक्टरों ने 5 होर मरीजों नूं जिउंदे रखण दे लई पूरी वाह लाई हुई है। दिल्ली के मुख्यमंत्री अरविंद केजरीवाल ने दस्सिया कि ऑक्सीजन की भारी घाट है तो कई हस्पतालों ने एमरजेंसी कॉल दी है। उन्होंने कहा कि असीं अदालत नूं दस्सिया केंद्र नूं भी लिखिया कि दिल्ली नूं रोजाना 976 टन ऑक्सीजन की लोड़ है पर सानू सिर्फ 490 टन ऑक्सीजन ही दिती गई है ते सानू एक दिन पहला यानी कि शुक्रवार को सिर्फ 312 टन ऑक्सीजन मिली है। आखिरकार इंज किवें चलेगा? ਹਸਪਤਾਲ ਦੇ CEO ਡਾਕਟਰ ਸੁਧਾਂਸ਼ੂ ਬੰਗਟਾ ਨੇ ਦੱਸਿਆ ਕਿ ਅਸੀਂ ਸਵੇਰੇ 7 ਵਜੇ ਇਹ ਜਾਣਦੇ ਸੀ ਕਿ 12 ਵਜੇ ਤੱਕ ਸਾਡੇ ਕੋਲ ਆਕਸੀਜਨ ਖਤਮ ਹੋ ਜਾਏਗੀ। ਅਸੀਂ ਦਿੱਲੀ ਦੇ ਸਾਰੇ ਨੋਡਲ ਆਫਿਸਰਸ ਨੂੰ ਫੋਨ ਕੀਤਾ ਤੇ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਇਆ। ਅਸੀਂ ਆਪਣੇ ਮੁੱਖ ਸਪਲਾਇਰਸ ਗੋਇਲ ਤੇ ਇਨੌਕਸ ਗੈਸਸ ਨੂੰ ਵੀ ਆਕਸੀਜਨ ਦੇਣ ਦੀ ਅਪੀਲ ਕੀਤੀ ਪਰ ਉਹਨਾਂ ਨੇ ਕਿਹਾ ਕਿ ਸ਼ਾਮ ਤੋਂ ਪਹਿਲਾਂ ਅਸੀਂ ਆਕਸੀਜਨ ਦੀ ਡਿਲੀਵਰੀ ਨਹੀਂ ਕਰ ਸਕਦੇ। ਕਹਿੰਦੇ ਦੁਪਹਿਰੇ 12 ਵਜੇ ਤੱਕ ਮੈਂ ਖੁਦ ਹਾਈ ਕੋਰਟ 'ਚ ਮੌਜੂਦ ਸੀ ਤੇ ਮੈਂ ਅਦਾਲਤ ਨੂੰ ਦੱਸਿਆ ਕਿ ਸਾਡੇ ਕੋਲ ਆਕਸੀਜਨ ਖਤਮ ਹੋ ਗਈ ਹੈ। इस दरमियान गुजरात तो भी खबर मिल रही है। प्रधानमंत्री नरेंद्र मोदी के सूबे गुजरात के भरूच दे विच शनिवार सवेरे एक हस्पताल विच अग लगन करके घट्टो घट्ट 18 मरीजों की मौत की खबर है। हस्पताल दे विच अग लगन दी तस्वीरां भी दिल दहला देण वालियां ने। 4 मंजिला हस्पताल दे विच जदों अग लगी तां 50 मरीज मौजूद सन। PTI के मुताबिक अद्धी रात नूं करीब 1 वजे अग लगी। बाकी मरीजों नूं स्थानिक लोकां ते फायर ब्रिगेड के कर्मचारियों की मदद के नाल कढिया गया। 1 मई सवेरे 6:30 वजे तक मरण वालों की गिणती 18 सी। इस तो पहला 12 लोगों की मौत की पुष्टि की गई सी। भरूच के SP राजेंद्र सिंह ने कहा कि 12 मरीजों की मौत साह घुटन के कारण हुई है। उन्होंने कहा कि साफ नहीं कि बाकी 6 लोगों की जिहड़ी मौत हुई है उन्होंने मौत हुई है जां उन्हां नूं किसी दूसरे हस्पताल दे विच शिफ्ट किया गया। प्रधानमंत्री नरेंद्र मोदी ने हादसे नूं लैके दुख जाहिर किया, पीड़ित परिवारां प्रति हमदर्दी जताई है। पर किन्ना चंगा हुंदा कि प्रधानमंत्री पिछले किन्ने महीने सानू मिले सी, उन्हां महीनों दे विच सूबियां दे लई हस्पतालां दे लई सख्त ऐलान करदे ते कुछ राहत समग्री है जिहड़ी राहत पैकेज है उसका ऐलान करदे तां अज ये हालात ना देखण नूं मिलदे। हुण किन्नी वारी ये घटनावां असीं सुण चुके हां, कदे किसी हस्पताल च अग लग जांदी है, कदे किते दुर्घटना वापर जांदी है। अग लगण कारण ही किन्ने लोकां दी मौत हो चुकी है। हस्पताल जिथे लोग अपना इलाज करवाउण दे लई जांदे ने उत्थे की इन्ने घटिया प्रबंध हो चुके ने कि अग किसी वेले भी लग सकती है। कोई उत्थे बचाव दा कोई साधन ही नहीं है। ਵੱਡੇ ਸਵਾਲ ਉੱਠ ਰਹੇ ਨੇ ਭਾਰਤ ਦੇ ਸਿਹਤ ਪ੍ਰਬੰਧਾਂ ਦੇ ਉੱਤੇ ਤੇ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਹੀ ਦੂਸਰੇ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਕੰਬ ਉੱਠੇ ਨੇ, ਉਹ ਭਾਰਤ ਆਉਣਾ नहीं ਚਾਹੁੰਦੇ। ਆਸਟ੍ਰੇਲੀਆ ਨੇ ਤਾਂ ਹੁਣੇ ਆਪਾਂ ਖਬਰ ਪੜ੍ਹੀ ਹੈ ਕਹਿ ਦਿੱਤਾ ਕਿ ਸਾਡੇ ਨਾਗਰਿਕ ਜਿਹੜੇ ਭਾਰਤ ਗਏ ਨੇ ਉਹ ਵੀ ਨਾ ਆਉਣ। ਆਸਟ੍ਰੇਲੀਆ ਦੇ ਵਿੱਚ ਹੁਣ ਜੇ ਕੋਈ ਪਾਰਕਾਂ ਦੇ ਵਿੱਚ ਭਾਰਤੀ ਲੋਕ ਜਿਹੜੇ ਉੱਥੇ ਰਹਿੰਦੇ ਨੇ ਉਹ ਘੁੰਮ ਰਹੇ ਨੇ ਤਾਂ ਉੱਥੋਂ ਦੇ ਜਿਹੜੇ ਆਸਟ੍ਰੇਲੀਆ ਦੇ ਵਸਨੀਕ ਗੋਰੇ ਨੇ ਉਹ ਕਹਿੰਦੇ ਨੇ ਯੂ ਆਰ ਲੱਕੀ ਇੰਡੀਅਨ ਕਿ ਤੁਸੀਂ ਬਹੁਤ ਖੁਸ਼ਕਿਸਮਤ ਭਾਰਤੀ ਹੋ ਕਿ ਤੁਸੀਂ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਮੌਜੂਦ ਹੋ, ਤੁਸੀਂ ਭਾਰਤ ਦੇ ਵਿੱਚ ਨਹੀਂ ਹੈਗੇ। ਇਹ ਹਾਲਾਤ ਬਣੇ ਹੋਏ ਨੇ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਹਸਪਤਾਲਾਂ ਦੇ ਵਿੱਚ ਮੌਜੂਦ ਕੋਵਿਡ-19 ਮਹਾਮਾਰੀ ਦੌਰਾਨ ਆਕਸੀਜਨ ਦੀ ਘਾਟ ਦੇ ਆਪਣੇ ਜਿਹੜੇ ਤਜਰਬੇ ਨੇ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਇਹ ਜਿਹੜੀ ਜੀਵਨ ਰੱਖਿਅਕ ਗੈਸ ਹੈ ਉਸ ਦਾ ਉਤਪਾਦਨ ਕਰਨ ਦੇ ਲਈ ਪਲਾਂਟ ਲਾਉਣੇ ਚਾਹੀਦੇ ਨੇ। ਕਹਿੰਦੇ ਹਸਪਤਾਲਾਂ ਦੇ ਮੌਜੂਦਾ ਹਾਲਾਤਾਂ ਤੋਂ ਹੁਣ ਵੀ ਸਰਕਾਰਾਂ ਨੂੰ ਸਿੱਖ ਲੈਣਾ ਚਾਹੀਦਾ ਹੈ। ਜਲਦੀ ਤੋਂ ਜਲਦੀ ਆਕਸੀਜਨ ਦੇ ਪਲਾਂਟ ਹਰ ਸੂਬੇ ਨੂੰ ਵੱਡੀ ਪੱਧਰ ਪੱਧਰ ਤੇ ਲਾਉਣੇ ਚਾਹੀਦੇ ਨੇ। ਜਸਟਿਸ ਵਿਪਿਨ ਸੰਘੀ ਤੇ ਰੇਖਾ ਪੱਲੀ ਦੀ ਬੈਂਚ ਨੇ ਕਿਹਾ ਕਿ ਖਰਚੇ ਨੂੰ ਦੇਖਦੇ ਹੋਏ ਕੁਝ ਹਸਪਤਾਲ ਆਕਸੀਜਨ ਪਲਾਂਟ ਵਰਗੀਆਂ ਚੀਜ਼ਾਂ ਤੇ ਜਿਹੜਾ ਇਨਵੈਸਟ ਕਰਨ ਨੂੰ ਤਰਜੀਹ ਨਹੀਂ ਦਿੰਦੇ, ਜਦੋਂ ਕਿ ਇਹ ਕਿਸੇ ਵੀ ਹਸਪਤਾਲ ਦੇ ਲਈ ਬਹੁਤ ਜ਼ਰੂਰੀ ਚੀਜ਼ ਹੈ। ਖਾਸ ਕਰਕੇ ਵੱਡੇ ਹਸਪਤਾਲਾਂ ਦੇ ਲਈ ਆਕਸੀਜਨ ਬਹੁਤ ਜ਼ਰੂਰੀ ਹੈ ਤੇ ਆਕਸੀਜਨ ਦਾ ਨਾ ਹੋਣਾ ਗੈਰ ਜ਼ਿੰਮੇਵਾਰੀ ਹੈ ਹਸਪਤਾਲ ਪ੍ਰਬੰਧਕਾਂ ਦੀ। ਕੋਵਿਡ ਸੰਕਟ ਦਰਮਿਆਨ ਮੋਦੀ ਸਰਕਾਰ ਨੇ ਵਿਗਿਆਨੀਆਂ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕੀਤਾ ਹੈ। ਰॉयटर्स ਨੇ ਇਸ ਖਬਰ ਦਾ ਖੁਲਾਸਾ ਕੀਤਾ ਹੈ। ਸਰਕਾਰ ਵੱਲੋਂ ਬਣਾਈ ਗਈ ਵਿਗਿਆਨਕ ਸਲਾਹਕਾਰਾਂ ਦੇ ਇੱਕ ਫੋਰਮ ਨੇ ਮਾਰਚ ਦੀ ਸ਼ੁਰੂਆਤ ਦੇ ਵਿੱਚ ਯਾਨੀ ਕਿ ਮਾਰਚ 2021 ਦੇ ਵਿੱਚ ਭਾਰਤੀ ਅਧਿਕਾਰੀਆਂ ਨੂੰ ਇੱਕ ਖਾਸ ਚੇਤਾਵਨੀ ਜਾਰੀ ਕੀਤੀ ਸੀ। ਉਹਨਾਂ ਨੇ ਦੇਸ਼ ਦੇ ਵਿੱਚ ਇੱਕ ਨਵੇਂ ਤੇ ਵਧੇਰੇ ਲਾਗ ਵਾਲੇ ਵੇਰੀਐਂਟਸ ਦੇ ਫੈਲਣ ਦੇ ਸੰਕੇਤ ਦਿੱਤੇ ਸੀ ਤੇ ਮੋਦੀ ਸਰਕਾਰ ਨੇ ਵਿਗਿਆਨੀਆਂ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕੀਤਾ। ਫੋਰਮ ਦੇ ਵਿੱਚ ਸ਼ਾਮਲ 5 ਵਿਗਿਆਨੀਆਂ ਨੇ ਜਾਣਕਾਰੀ ਨਿਊਜ਼ ਏਜੰਸੀ ਰॉयटर्स ਨੂੰ ਦਿੱਤੀ ਹੈ। 4 ਵਿਗਿਆਨੀਆਂ ਨੇ ਦੱਸਿਆ ਕਿ ਚੇਤਾਵਨੀ ਦੇ ਬਾਵਜੂਦ ਕੇਂਦਰ ਸਰਕਾਰ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਪਾਬੰਦੀਆਂ ਨਹੀਂ ਲਾਈਆਂ। ਲੱਖਾਂ ਲੋਕਾਂ ਨੇ ਬਿਨਾਂ ਮਾਸਕ ਪਹਿਨੇ ਹੀ ਧਾਰਮਿਕ ਸਮਾਗਮਾਂ ਤੇ ਸਿਆਸੀ ਰੈਲੀਆਂ ਦੇ ਵਿੱਚ ਹਿੱਸਾ ਲਿਆ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਵਿਰੋਧੀ ਲੀਡਰਾਂ ਨੇ ਕੀਤੀਆਂ ਸਨ। ਮਾਰਚ ਦੇ ਸ਼ੁਰੂ ਦੇ ਵਿੱਚ ਇੰਡੀਅਨ SARS-CoV-2 ਜੈਨੇਟਿਕਸ ਕੰਸੋਰਟੀਅਮ ਦੇ ਨਵੇਂ ਰੂਪਾਂਤਰਣ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ, ਪਰ ਭਾਰਤ ਸਰਕਾਰ ਨੇ ਇਸ ਚੇਤਾਵਨੀ ਨੂੰ ਅਣਗੌਲਿਆ ਕਰ ਦਿੱਤਾ। ਇੱਕ ਵਿਗਿਆਨੀ ਤੇ ਉੱਤਰੀ ਭਾਰਤ ਦੇ ਵਿੱਚ ਖੋਜ ਕੇਂਦਰ ਦੇ ਨਿਰਦੇਸ਼ਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਚੇਤਾਵਨੀ ਉੱਚ ਅਧਿਕਾਰੀ ਨੂੰ ਦਿੱਤੀ ਗਈ ਸੀ, ਜਿਹੜਾ ਸਿੱਧਾ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦਾ ਹੈ। ਸੋ ਇਹ ਜਿਹੜਾ ਹੈ ਭਾਰਤ ਸਰਕਾਰ ਜਾਂ ਕਹਿ ਲਈਏ ਕਿ ਮੋਦੀ ਸਰਕਾਰ ਦੇ ਬਾਰੇ ਉਹਨਾਂ ਦੀ ਅਣਗਹਿਲੀ ਦੇ ਬਾਰੇ ਖੁਲਾਸਾ ਹੋਇਆ, ਕਿਉਂਕਿ ਮਾਰਚ ਅਪ੍ਰੈਲ ਦੇ ਵਿੱਚ ਮੋਦੀ ਸਰਕਾਰ ਪੱਛਮੀ ਬੰਗਾਲ ਦੇ ਵਿੱਚ ਚੋਣ ਰੈਲੀਆਂ ਕਰਨ ਦੇ ਵਿੱਚ ਰੁੱਝੀ ਹੋਈ ਸੀ ਤੇ ਉਸ ਸਮੇਂ ਦਰਮਿਆਨ ਸ਼ਾਇਦ ਸਰਕਾਰ ਨੂੰ ਇਹ ਗੱਲ ਸੁਣੀ ਹੀ ਨਹੀਂ। ਪੰਜਾਬ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਆਕਸੀਜਨ ਪਲਾਂਟ ਦੇ ਜਲਦੀ ਚੱਲਣ ਦੀ ਉਮੀਦ ਜਾਗੀ ਹੈ। ਰੂਪਨਗਰ ਦੇ DC ਸੋਨਾਲੀ ਗਿਰੀ ਨੇ ਪਲਾਂਟ ਦਾ ਦੌਰਾ ਕਰਕੇ ਜਾਇਜ਼ਾ ਲਿਆ। DC ਨੇ ਦੱਸਿਆ ਕਿ ਆਕਸੀਜਨ ਪਲਾਂਟ ਨੂੰ ਚਲਾਉਣ ਦੇ ਲਈ BBMB ਦੀ ਤਕਨੀਕੀ ਟੀਮ ਜਿਹੜੀ ਦਿਨ ਰਾਤ ਕੰਮ ਕਰ ਰਹੀ ਹੈ, ਇਸ ਲਈ ਫੌਜ ਦੇ ਤਕਨੀਕੀ ਮਾਹਿਰ ਵੀ ਸੱਦੇ ਗਏ ਨੇ। ਪਲਾਂਟ ਪਿਛਲੇ ਕੁਝ ਸਮੇਂ ਤੋਂ ਬੰਦ ਸੀ। ਪਲਾਂਟ ਠੀਕ ਹੋਣ ਤੋਂ ਬਾਅਦ ਕੁਝ ਸਮੇਂ ਦੇ ਲਈ ਇਸ ਨੂੰ ਖਾਲੀ ਚਲਾਇਆ ਜਾਏਗਾ ਤੇ ਬਾਅਦ ਵਿੱਚ ਗੈਸ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਜਾਏਗੀ। ਲੁਧਿਆਣਾ ਦੇ ਵਿੱਚ BJP ਨੇ ਕੋਵਿਡ ਟੀਕਾਕਰਨ ਦਾ ਕੈਂਪ ਲਾਇਆ ਤੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਮੀਡੀਆ ਕਰਮੀਆਂ ਦੇ ਨਾਲ ਵੀ ਲੜ ਪਏ। ਲੁਧਿਆਣਾ ਦੇ ਵਿੱਚ ਲੋਕਡਾਊਨ ਹੈ, ਸਖਤ ਲੋਕਡਾਊਨ ਹੈ, ਫਿਰ ਵੀ BJP ਨੇ ਟੀਕਾਕਰਨ ਦਾ ਕੈਂਪ ਲਾਇਆ ਪਰ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ, ਕਿਉਂਕਿ ਕੈਂਪ ਲਾਉਣ ਦੀ ਮਨਾਹੀ ਨਹੀਂ ਹੈ, ਟੀਕੇ ਲਾਉਣ ਦੀ ਮਨਾਹੀ ਨਹੀਂ ਹੈ, ਪਰ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਜ਼ਰੂਰ ਦਿੱਤੀ ਹੈ ਕਿ ਟੀਕਾਕਰਨ ਦੌਰਾਨ ਇਕੱਠ ਨਾ ਹੋਵੇ, ਮਾਸਕ ਲਾਜ਼ਮੀ ਹੈ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ। ਪਰ BJP ਦੇ ਇਸ ਕੈਂਪ ਦੇ ਵਿੱਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ। 100 ਤੋਂ ਵੱਧ ਲੋਕਾਂ ਦਾ ਇਕੱਠ ਸੀ, ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਇਆ ਸੀ। ਜਦੋਂ ਇੱਕ ਮੀਡੀਆ ਟੀਮ ਉੱਥੇ ਪਹੁੰਚੀ ਤਾਂ BJP ਦੇ ਵਰਕਰਾਂ ਨੇ ਬਦਸਲੂਕੀ ਕੀਤੀ। ਲੁਧਿਆਣਾ ਤੋਂ ਇੱਕ ਖਬਰ ਹੈ, ਜਿੱਥੇ DC ਵਰਿੰਦਰ ਕੁਮਾਰ ਸ਼ਰਮਾ ਨੇ ਮੁਨਾਫਾਕਾਰੀ ਰੋਕਣ ਦੇ ਲਈ ਕੋਵਿਡ-19 ਮਰੀਜ਼ਾਂ ਦੇ ਲਈ ਜਿਹੜੀ ਐਂਬੂਲੈਂਸ ਸੇਵਾ ਹੈਗੀ ਆ ਉਸ ਦੇ ਰੇਟ ਨਿਰਧਾਰਿਤ ਕਰ ਦਿੱਤੇ ਨੇ। ਕੋਵਿਡ ਮਰੀਜ਼ਾਂ ਦੀ ਸੁਵਿਧਾ ਦੇ ਲਈ ਐਂਬੂਲੈਂਸ ਦੇ ਰੇਟ ਨਿਰਧਾਰਿਤ ਕੀਤੇ ਗਏ ਨੇ, ਜਿਹਦੇ ਵਿੱਚ ਐਂਬੂਲੈਂਸ ਵੈਨ ਜਾਂ ਇਨੋਵਾ 25 ਕਿਲੋਮੀਟਰ ਤੱਕ ਘੱਟੋ ਘੱਟ ਕਿਰਾਇਆ ਸਿਰਫ 2500 ਰੁਪਏ ਲੈ ਸਕਦੀ ਹੈ। 25 ਕਿਲੋਮੀਟਰ ਤੋਂ ਵੱਧ ਜੇ ਸਫ਼ਰ ਹੋ ਜਾਂਦਾ ਹੈ ਤਾਂ 12 ਰੁਪਏ ਪ੍ਰਤੀ ਕਿਲੋਮੀਟਰ ਦੇ ਨਾਲ ਹੀ ਹਿਸਾਬ ਨਾਲ ਹੀ ਕਿਰਾਇਆ ਲਿਆ ਜਾਏਗਾ। ਇਸੇ ਤਰ੍ਹਾਂ ਜਿਹੜੀ ਵੈਂਟੀਲੇਟਰ ਐਂਬੂਲੈਂਸ ਵੈਨ ਹੈ ਉਹ 25 ਕਿਲੋਮੀਟਰ ਤੱਕ ਘੱਟੋ ਘੱਟ ਕਿਰਾਇਆ 5000 ਰੁਪਏ ਤੇ 25 ਕਿਲੋਮੀਟਰ ਤੋਂ ਵੱਧ 25 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਤੈਅ ਕੀਤਾ ਗਿਆ। DC ਨੇ ਕਿਹਾ ਕਿ ਜੇ ਕੋਈ ਇਹਨਾਂ ਨਿਰਧਾਰਿਤ ਕੀਤੇ ਰੇਟਾਂ ਤੋਂ ਵੱਧ ਕੋਈ ਲੈਂਦਾ ਦਿਖਿਆ ਤਾਂ ਉਹਦੇ ਖਿਲਾਫ ਕਾਰਵਾਈ ਹੋਏਗੀ। ਸੋ ਲੁਧਿਆਣਾ ਵਾਸੀ ਇਹ ਜ਼ਰੂਰ ਖਬਰ ਧਿਆਨ ਦੇ ਨਾਲ ਸੁਣ ਲੈਣ। ਦਿੱਲੀ ਦੇ ਮੋਰਚਿਆਂ ਦੇ ਵਿੱਚ ਕਿਸਾਨਾਂ ਅਤੇ ਕਾਮਿਆਂ ਨੇ ਕਿਸਾਨ ਮਜ਼ਦੂਰ ਏਕਤਾ ਦਿਵਸ ਮਨਾਇਆ। 1 ਮਈ ਦਾ ਦਿਹਾੜਾ ਮਜ਼ਦੂਰਾਂ ਨੂੰ ਸਮਰਪਿਤ ਹੁੰਦਾ ਹੈ। ਪੂਰੀ ਦੁਨੀਆ ਦੇ ਵਿੱਚ ਲੇਬਰ ਡੇ ਦੇ ਵਜੋਂ ਮਨਾਇਆ ਜਾਂਦਾ ਹੈ ਤੇ ਕਿਸਾਨਾਂ ਨੇ ਇਸ ਵਾਰ ਇਸ ਨੂੰ ਕਿਸਾਨ ਮਜ਼ਦੂਰ ਏਕਤਾ ਦਿਵਸ ਦੇ ਵਜੋਂ ਮਨਾਇਆ। 3 ਖੇਤੀ ਕਾਨੂੰਨ ਤੇ ਲੇਬਰ ਕੋਡ ਰੱਦ ਕਰਵਾਉਣ ਲਈ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਕਿਸਾਨ ਲੀਡਰਾਂ ਅਤੇ ਕਾਮੇ ਲੀਡਰਾਂ ਨੇ ਕਿਹਾ ਕਿ ਲੇਬਰ ਕੋਡ ਤੇ ਖੇਤੀ ਕਾਨੂੰਨ ਨੇ ਜਿਹੜੇ ਉਹਨਾਂ ਦੇ ਉੱਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜ਼ਰੂਰੀ ਵਸਤੂ ਸੋਧ ਐਕਟ ਮਜ਼ਦੂਰਾਂ ਦੀ ਰੋਜ਼ੀ ਰੋਟੀ ਤੇ ਸਿੱਧਾ ਤੇ ਤਿੱਖਾ ਹਮਲਾ ਹੈ। ਮਜ਼ਦੂਰਾਂ ਦਾ ਭਵਿੱਖ ਵੀ ਨਿੱਜੀ ਖੇਤਰਾਂ ਦੇ ਹੱਥਾਂ ਵਿੱਚ ਚਲਾ ਜਾਏਗਾ। इस दे नाल ही मंडी कानून ते ठेका कानून भी मजदूरां दे शोषण नूं वधाएगा ते रोजगार दे मौके घट करेगा। केंद्रीय ट्रेड यूनियनां दे लीडर भी पहुंचे हुए सी। उन्होंने कहा कि सरकारी मशीनरी कोरोना महामारी विच फैली सरकार दी असफलता नूं अज पूरी तरह दे नाल दर्शा रही है। टीकाकरण ते होर डॉक्टरी सेवावां दे लई मजदूरां ते गरीबां नूं परेशान होना पै रिहा है। सरकार नूं निजीकरण अते कारपोरेटाइजेशन नूं रोकना चाहीदा है ते सरकारी अदारियां दे विच निवेश करना चाहीदा है। फरीदकोट गोलीकांड दे विच पहला फरीदकोट अदालत ने पहली केस फाइल बंद कीती सी ते हुण दूसरी केस फाइल नूं भी बंद कर दिता गया है, जिस तों बाद पुलिस दे दो वड्डे अधिकारियां नूं राहत मिली है। हाई कोर्ट दे हुक्मां तों बाद फरीदकोट अदालत ने कार्रवाई कीती है। फरीदकोट दे वधीक सैशन जज ने कहा है कि पंजाब हरियाणा हाई कोर्ट दे विच जदों इह केस बंद हो चुक्या तां इत्थे इह केस चल ही नहीं सकदा। विशेष जांच टीम ने पड़ताल दे दौरान सिटी कोटकपूरा विच 14 अक्तूबर 2015 नूं दर्ज हुई FIR नंबर 192 ਦੇ ਵਿੱਚ ਥਾਣਾ ਸਿਟੀ ਕੋਟਕਪੂਰਾ ਦੇ ਉਸ ਵੇਲੇ ਦੇ SHO ਗੁਰਦੀਪ ਸਿੰਘ ਪੰਦੇਰ ਤੇ DSP ਬਲਜੀਤ ਸਿੰਘ ਸਿੱਧੂ ਦੇ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ ਤੇ ਪੰਜਾਬ ਸਰਕਾਰ ਨੇ ਇਸ ਕੇਸ ਨੂੰ ਚਲਾਉਣ ਲਈ ਹਰੀ ਝੰਡੀ ਵੀ ਦੇ ਦਿੱਤੀ ਸੀ। ਇਹ ਪਰਚਾ ਗੁਰਦੀਪ ਪੰਦੇਰ ਦੇ ਵੱਲੋਂ ਸਿੱਖਾਂ ਦੇ ਖਿਲਾਫ ਦਰਜ ਕਰਵਾਇਆ ਗਿਆ ਸੀ, ਜਿਹੜੇ ਉਸ ਵਕਤ ਪ੍ਰੋਟੈਸਟ ਕਰ ਰਹੇ ਸੀ। ਦੋਸ਼ ਲਾਇਆ ਗਿਆ ਸੀ ਕਿ ਪ੍ਰਦਰਸ਼ਨਕਾਰੀ ਸਿੱਖਾਂ ਨੇ ਪੁਲਿਸ ਮੁਲਾਜ਼ਮਾਂ ਤੇ ਕਾਤਲਾਨਾ ਹਮਲਾ ਕਰਕੇ 70 ਦੇ ਕਰੀਬ ਪੁਲਿਸ ਮੁਲਾਜ਼ਮ ਤੇ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ। ਉੱਥੇ ਹੀ ਇਸ ਕੇਸ ਦੇ ਵਿੱਚ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੜਤਾਲ ਦੌਰਾਨ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਦਾਅਵਾ ਕੀਤਾ ਸੀ ਕਿ ਪੁਲਿਸ ਨੇ ਇਹਨਾਂ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਫਸਾਉਣ ਦੇ ਲਈ ਝੂਠੀ ਗਵਾਹੀ ਤੇ ਸਬੂਤ ਤਿਆਰ ਕਰਕੇ FIR ਨੰਬਰ 192 ਦਰਜ ਕੀਤੀ ਸੀ ਤੇ ਜਾਂਚ ਟੀਮ ਨੇ ਇਸੇ FIR ਦੇ ਵਿੱਚ ਗੁਰਦੀਪ ਸਿੰਘ ਪੰਦੇਰ ਤੇ ਬਲਜੀਤ ਸਿੰਘ ਸਿੱਧੂ ਨੂੰ ਮੁਲਜ਼ਮ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਸੀ ਤੇ ਉਸ ਚਲਾਨ ਨੂੰ ਗੁਰਦੀਪ ਸਿੰਘ ਪੰਦੇਰ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਕੇ ਦਾਅਵਾ ਕੀਤਾ ਸੀ ਕਿ ਜਾਂਚ ਟੀਮ ਦੀ ਪੜਤਾਲ ਰਿਪੋਰਟ ਗਲਤ ਹੈ। ਪੜਤਾਲ ਦੌਰਾਨ 44 ਤੋਂ ਵੱਧ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦੀਆਂ ਮੈਡੀਕਲ ਰਿਪੋਰਟਸ ਬਾਰੇ ਜਾਂਚ ਟੀਮ ਨੇ ਕੁਝ ਵੀ ਪੇਸ਼ ਨਹੀਂ ਕੀਤਾ ਤੇ ਨਾ ਹੀ ਕਿਸੇ ਪੁਲਿਸ ਮੁਲਾਜ਼ਮ ਦਾ ਬਿਆਨ ਲਿਖਿਆ ਗਿਆ। ਸੋ ਵਧੀਕ ਸੈਸ਼ਨ ਜੱਜ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਜਦੋਂ ਹਾਈ ਕੋਰਟ ਚਲਾਨ ਰੱਦ ਕਰ ਚੁੱਕੀ ਹੈ ਤਾਂ ਸਥਾਨਕ ਅਦਾਲਤ ਦੇ ਕੋਲ ਮੁਕੱਦਮੇ ਨੂੰ ਚੱਲਦਾ ਰੱਖਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਰਹਿ ਜਾਂਦਾ। ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬੈਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਸਿੱਧੇ ਨਿਸ਼ਾਨੇ ਸਾਧੇ ਨੇ। ਸਿੱਧੂ ਨੇ ਆਪਣੇ ਟਵਿੱਟਰ ਤੇ ਕੈਪਟਨ ਅਮਰਿੰਦਰ ਸਿੰਘ ਦੀ 5 ਸਾਲ ਪੁਰਾਣੀ ਅਤੇ 2021 ਦੀ ਵੀਡੀਓ ਨੂੰ ਮਿਕਸ ਕਰਕੇ ਪੋਸਟ ਕੀਤੀ ਹੈ। ਇਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸ਼੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਤੇ ਕੋਟਕਪੂਰਾ ਫਾਇਰਿੰਗ ਮਾਮਲੇ ਦੇ ਵਿੱਚ ਬਾਦਲਾਂ ਨੂੰ ਅੰਦਰ ਕਰਨ ਵਾਲੇ 2016 ਵਿੱਚ ਦਿੱਤਾ ਬਿਆਨ ਤੇ 2021 ਵਿੱਚ ਦਿੱਤਾ ਜਿਹੜਾ ਬਿਆਨ ਹੈ ਉਹਨਾਂ ਤੇ ਸਿੱਧੂ ਨੇ ਟਿੱਪਣੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਉਹਨਾਂ ਦੇ ਵੱਲੋਂ 2016 'ਚ ਕੀਤੇ ਗਏ ਵਾਅਦੇ ਨੂੰ ਯਾਦ ਕਰਾਉਂਦਿਆਂ ਕਿਹਾ ਗਿਆ ਕਿ ਕੈਪਟਨ ਨੇ 2016 ਵਿੱਚ ਆਪ ਕਬੂਲਿਆ ਸੀ ਕਿ ਜੇਕਰ ਮੇਰੀ ਸਰਕਾਰ ਆਏਗੀ ਤਾਂ ਮੈਂ ਆਪ ਬੈਬਲ ਕਲਾਂ ਮਾਮਲੇ ਦੀ ਜਾਂਚ ਕਰਾਵਾਂਗਾ ਤੇ ਜਾਂਚ ਵਿੱਚ ਮਾਮਲੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਨਿਕਲੂਗਾ। ਬਰਗਾੜੀ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ, ਜਿਹਦੇ ਵਿੱਚ 2 ਸਿੱਖ ਮਾਰੇ ਗਏ ਸੀ। 2 ਬੰਦਿਆਂ ਦੀ ਰੀੜ੍ਹ ਦੀ ਹੱਡੀ ਵਿੱਚੋਂ ਗੋਲੀ ਨਿਕਲ ਗਈ ਸੀ, ਇੱਕ ਬਜ਼ੁਰਗ ਦੀ ਬਾਹ ਨਿਕਲ ਗਈ, ਇੱਕ ਵਿਅਕਤੀ ਦੇ ਮੱਥੇ ਵਿੱਚੋਂ ਚੀਰਦੀ ਹੋਈ ਨਿਕਲ ਗਈ। ਇਹ ਜਿਹੜਾ ਬਿਆਨ 2016 ਦੇ ਵਿੱਚ ਕੈਪਟਨ ਨੇ ਆਪ ਦਿੱਤਾ ਸੀ ਕਿ ਮੈਂ ਬਾਦਲ ਪਰਿਵਾਰ ਦਾ ਹੱਥ ਨਿਕਲੂਗਾ, ਤੁਸੀਂ ਦੇਖ ਲਿਓ ਜਦੋਂ ਮੈਂ ਇਹਦੀ ਜਾਂਚ ਕਰਾਂਗਾ। ਸਿੱਧੂ ਨੇ ਦੱਸਿਆ ਕਿ ਕੈਪਟਨ ਨੇ ਇਹ ਵੀ ਕਿਹਾ ਸੀ ਕਿ ਇਹ ਸਾਰੇ ਹੁਕਮ SP ਨੇ ਦਿੱਤੇ ਸੀ, ਪਰ SP ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁਕਮ ਦਿੱਤੇ ਸੀ। ਜਦਕਿ ਹੁਣ 2021 ਦੇ ਵਿੱਚ ਜਿਹੜਾ ਕੈਪਟਨ ਦਾ ਬਿਆਨ ਆਉਂਦਾ ਹੈ ਉਹ ਪਲਟਿਆ ਹੋਇਆ ਬਿਆਨ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਨੇ ਜਿਹੜਾ ਹੁਣ ਬਿਆਨ ਦਿੱਤਾ ਉਹ ਕਹਿ ਰਹੇ ਨੇ ਕਿ ਇਹ ਸਭ ਕਹਿਣ ਦੀਆਂ ਗੱਲਾਂ ਨੇ, ਮੈਂ ਇੰਜ ਕਿਸ ਤਰ੍ਹਾਂ ਮੁਲਜ਼ਮਾਂ ਨੂੰ ਹੱਥ ਫੜ ਕੇ ਅੰਦਰ ਕਰ ਦਿੰਦਾ ਜਦੋਂ ਤੱਕ ਸਾਡਾ ਕਾਨੂੰਨ ਇਸ ਗੱਲ ਤੇ ਸੁਣਵਾਈ ਨਹੀਂ ਕਰਦਾ। ਸੋ ਇਹ ਵੀਡੀਓ ਸ਼ੇਅਰ ਕਰਦੇ ਹੋਏ ਜੋ ਨਵਜੋਤ ਸਿੰਘ ਸਿੱਧੂ ਨੇ ਟਾਈਟਲ ਲਿਖਿਆ ਹੈ ਉਹਦੇ ਵਿੱਚ ਲਿਖਿਆ 2016-2021 ਬਿਗ ਬੋਸਟ ਸਮਾਲ ਰੋਸਟ ਬਿਗ ਆਊਟਕ੍ਰਾਈ ਨੋ ਆਊਟਕਮ ਬਰਗਾੜੀ ਸੈਕ੍ਰਿਲੇਜ ਬੇਅਦਬੀ। ਸੋ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਟਵੀਟ ਕੀਤਾ। ਉਸ ਤੋਂ ਬਾਅਦ ਇੱਕ ਹੋਰ ਟਵੀਟ ਨਵਜੋਤ ਸਿੰਘ ਸਿੱਧੂ ਨੇ ਕੀਤਾ ਜਿਸ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਲੋਕਾਂ ਨੇ ਹਾਈ ਕੋਰਟ ਦੇ ਜੱਜ ਨੂੰ ਨਹੀਂ ਚੁਣਿਆ, ਫੈਸਲੇ ਨੂੰ ਗਲਤ ਆਖਣਾ ਹੀ ਕਾਫੀ ਨਹੀਂ ਹੈ। ਨਾਕਾਮੀ ਸਰਕਾਰੀ ਕਾਰਜਕਾਰੀ ਅਥਾਰਟੀ ਦੀ ਹੈ। ਮੇਰਾ ਸਟੈਂਡ ਕੱਲ ਅੱਜ ਤੇ ਆਉਣ ਵਾਲੇ ਕੱਲ ਨੂੰ ਵੀ ਇਹੋ ਰਹੇਗਾ, ਪੰਜਾਬ ਦੀ ਰੂਹ ਲਈ ਇਨਸਾਫ। ਬਾਦਲਾਂ ਨੂੰ ਪੰਥ ਚੋਂ ਛੇਕਣ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ 2018 ਦੇ ਵਿੱਚ ਚਿੱਠੀ ਲਿਖੀ ਸੀ। ਸੋ ਇਹ ਚਿੱਠੀ ਹੈ ਜਿਹੜੀ ਉਹ ਪੜ੍ਹ ਕੇ ਇਸ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੁਣਾ ਰਹੇ ਨੇ। ਪੁਰਾਣੀਆਂ ਯਾਨੀ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕੁਝ ਹੋਇਆ ਸਾਰੀਆਂ ਗੱਲਾਂ ਸਿੱਧੂ ਕੱਢ ਕੇ ਲਿਆ ਰਹੇ ਨੇ। ਅਦਾਕਾਰ ਦੀਪ ਸਿੱਧੂ ਨੇ ਦਿੱਲੀ ਦੀ ਤਿਹਾੜ ਜੇਲ੍ਹ ਚੋਂ ਰਿਹਾ ਹੋਣ ਤੋਂ ਬਾਅਦ ਜਦੋਂ ਲੰਘੇ ਦਿਨੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਸੀ ਤਾਂ ਉਸ ਮੌਕੇ ਦੀਪ ਸਿੱਧੂ ਨੇ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਮੈਂ ਘੱਟੋ ਘੱਟ 7-8 ਮਹੀਨਿਆਂ ਦੇ ਲਈ ਜੇਲ੍ਹ ਵਿੱਚ ਬੰਦ ਰਹਾਂਗਾ। ਮੈਨੂੰ ਨਹੀਂ ਵਿਸ਼ਵਾਸ ਸੀ ਕਿ ਮੈਂ ਇੰਨੀ ਜਲਦੀ ਬਾਹਰ ਆ ਜਾਵਾਂਗਾ। ਕਹਿੰਦੇ ਮੇਰੇ ਤੇ ਇੰਨੇ ਕੇਸ ਪੈਣੇ ਨਹੀਂ ਸੀ, 2 FIR ਤਾਂ ਪਹਿਲਾਂ ਤੋਂ ਹੀ ਉਹਨਾਂ ਨੇ ਕੀਤੀਆਂ ਹੋਈਆਂ ਸੀ। ਦੀਪ ਸਿੱਧੂ ਨੇ ਇਹ ਵੀ ਕਿਹਾ ਕਿ ਮੇਰਾ ਜੇਲ੍ਹ ਦੇ ਵਿੱਚ ਵਾਲ ਵੀ ਵਿੰਗਾ ਨਹੀਂ ਹੋਇਆ ਕਿਉਂਕਿ ਸ਼ਹੀਦ ਸਿੰਘਾਂ ਦਾ ਪਹਿਰਾ ਰਿਹਾ। ਸਿੱਧੂ ਨੇ ਕਿਹਾ ਕਿ ਜਦੋਂ 26 ਜਨਵਰੀ ਨੂੰ ਮੈਂ ਉੱਥੋਂ ਮੋਟਰਸਾਈਕਲ ਲੈ ਕੇ ਨਿਕਲਿਆ ਸੀ ਤਾਂ ਇਸ ਨੂੰ ਬਹੁਤ ਹੀ ਗਲਤ ਢੰਗ ਨਾਲ ਮੀਡੀਆ ਦੇ ਵੱਲੋਂ ਲੋਕਾਂ ਦੇ ਵੱਲੋਂ ਪੇਸ਼ ਕੀਤਾ ਗਿਆ। ਮੈਂ ਜਦੋਂ ਮੋਟਰਸਾਈਕਲ ਲੈ ਕੇ ਨਿਕਲਿਆ ਸੀ ਤਾਂ ਸੁਖਦੇਵ ਢਾਬੇ ਦੇ ਕੋਲ ਮੇਰੇ ਤੇ ਹਮਲਾ ਕੀਤਾ ਗਿਆ ਸੀ, ਪਰ ਮੈਂ ਉਹਨਾਂ ਨਾਲ ਝਗੜਾ ਨਹੀਂ ਕੀਤਾ ਤੇ ਉੱਥੋਂ ਚਲਾ ਗਿਆ। ਸਨੀ ਦਿਓਲ ਨਾਲ ਮੈਂ ਇੱਥੇ ਚੋਣਾਂ ਲੜ ਕੇ ਗਿਆ ਸੀ ਪਰ ਅੱਜ ਮੇਰਾ ਉਸ ਦੇ ਨਾਲ ਕੋਈ ਨਾਤਾ ਨਹੀਂ ਹੈ। ਜਦੋਂ ਵੱਡੀਆਂ ਲਹਿਰਾਂ ਉੱਠਦੀਆਂ ਨੇ ਉਦੋਂ ਕੁਝ ਲੋਕ ਚਿਹਰਿਆਂ ਦੇ ਨਾਲ ਪਛਾਣ ਕਰਨ ਲੱਗ ਪੈਂਦੇ ਨੇ ਤੇ ਕਈਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਦੀਪ ਸਿੱਧੂ ਨੇ ਸਿੰਘੂ ਬਾਰਡਰ ਤੇ ਵੀ ਜਲਦੀ ਪਹੁੰਚਣ ਦਾ ਦਾਅਵਾ ਕੀਤਾ। ਕਹਿੰਦੇ ਕਰੋਨਾ ਮਹਾਮਾਰੀ ਦਾ ਕਹਿਰ ਤਾਂ ਹੈ, ਸਾਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਪਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦੀ ਭਲਾਈ ਦਾ ਇੱਕ ਵੱਡਾ ਪਾਠ ਸਾਨੂੰ ਸਿਖਾਇਆ ਹੈ। ਕੈਪਟਨ ਨੇ ਸਾਰੇ ਲੋਕਾਂ ਨੂੰ ਕਰੋਨਾ ਦੇ ਸੰਕਟ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਨੇ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਰਹਿ ਕੇ ਮਨਾਉਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਕੈਪਟਨ ਨੇ ਬੱਸੀ ਪਠਾਣਾ ਵਿੱਚ ਪੁਰਾਣੀ ਜੇਲ੍ਹ ਦੀ ਸੰਭਾਲ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ ਦੀ ਰੂਪਰੇਖਾ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ। ਗ੍ਰਾਂਟ ਦੇ ਲਈ ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਭੇਜੀ। ਦਿੱਲੀ ਤੋਂ ਵੀ ਤਸਵੀਰਾਂ ਆਈਆਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਚਾਂਦਨੀ ਚੌਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਹ ਉਹੀ ਸ਼ਹੀਦੀ ਅਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਜਦੋਂ ਉਹਨਾਂ ਨੂੰ ਸੀਸ ਧੜ ਤੋਂ ਵੱਖਰਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਸੁਭਾਈਮਾਨ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ। ਸਭ ਤੋਂ ਪਹਿਲੀ ਖਬਰ ਭੋਪਾਲ ਤੋਂ ਆ ਰਹੀ ਹੈ। ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਦੇ ਕਰੇਲੀ ਬੱਸ ਅੱਡੇ ਦੇ ਨੇੜੇ ਸੜਕ ਕੰਢੇ ਕੋਵੈਕਸਿਨ ਟੀਕੇ ਦੀਆਂ 8 ਕਰੋੜ ਮੁੱਲ ਦੀਆਂ 2,40,000 ਖੁਰਾਕਾਂ ਨੇ ਜਿਹੜੀਆਂ ਉਹ ਲਾਵਾਰਿਸ ਹਾਲਤ ਦੇ ਵਿੱਚ ਮਿਲੀਆਂ ਨੇ। 12 ਘੰਟਿਆਂ ਤੱਕ ਲਾਵਾਰਿਸ ਹਾਲਤ ਦੇ ਵਿੱਚ ਇਹ ਟਰੱਕ ਇੱਥੇ ਖੜਾ ਰਿਹਾ। ਇਹ ਵਾਹਨ ਰਾਹੀਂ ਕੋਵੈਕਸਿਨ ਟੀਕਾ ਹੈਦਰਾਬਾਦ ਤੋਂ ਕਰਨਾਲ ਭੇਜਿਆ ਜਾ ਰਿਹਾ ਸੀ, ਹਰਿਆਣਾ ਦੇ ਕਰਨਾਲ ਵਿੱਚ। ਇਸ ਟਰੱਕ ਦਾ ਇੰਜਨ ਚਾਲੂ ਸੀ, ਡਰਾਈਵਰ ਗਾਇਬ ਸੀ। ਇੰਜਨ ਦੇ ਚੱਲਣ ਨਾਲ ਇਸ ਦਾ ਫ੍ਰਿਜ ਹੈ ਜਿਹੜਾ ਉਹ ਜ਼ਰੂਰ ਕੰਮ ਕਰ ਰਿਹਾ ਸੀ ਕਿਉਂਕਿ ਜਿਹੜਾ ਕੋਵੈਕਸਿਨ ਟੀਕਾ ਹੈਗਾ ਉਸ ਨੂੰ ਠੰਡ ਦੇ ਵਿੱਚ ਰੱਖਣਾ, ਠੰਡੇ ਤਾਪਮਾਨ 'ਚ ਰੱਖਣਾ ਜ਼ਰੂਰੀ ਹੁੰਦਾ। ਸੋ ਇਹ ਆਸ ਜਤਾਈ ਜਾ ਰਹੀ ਹੈ ਕਿ ਜਿਹੜੀਆਂ ਕੋਵੈਕਸਿਨ ਦੀਆਂ 8 ਕਰੋੜ ਮੁੱਲ ਦੀਆਂ ਖੁਰਾਕਾਂ ਨੇ ਉਹ ਸੁਰੱਖਿਅਤ ਹੋਣ। ਹਾਲਾਂਕਿ ਫ੍ਰਿਜ ਦੇ ਵਿੱਚੋਂ ਬਾਹਰ ਕੱਢਣ ਤੋਂ 1 ਘੰਟੇ ਬਾਅਦ ਹੀ ਟੀਕਾ ਖਰਾਬ ਹੋ ਜਾਂਦਾ ਹੈ। ਅਗਲੀ ਖਬਰ ਹੈ ਕਿ ਆਦਿਤਿਆਨਾਥ ਯੋਗੀ ਦੇ ਇੱਕ ਵਿਧਾਇਕ ਨੇ ਵੀ ਆਪਣੀ ਸਰਕਾਰ ਤੇ ਹੀ ਸਵਾਲ ਚੁੱਕੇ ਨੇ ਤੇ ਉਧਰ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਦੇ ਵਿਧਾਇਕ ਨੇ ਵੀ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਨੇ ਤੇ ਦਿੱਲੀ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੋਇਬ ਇਕਬਾਲ ਨੇ ਕੋਵਿਡ-19 ਦੇ ਵਿਗੜੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ ਹੈ। ਕਾਂਗਰਸ ਛੱਡ ਕੇ ਪਿਛਲੇ ਸਾਲ ਹੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਦਿੱਲੀ ਵਿਧਾਨ ਸਭਾ ਚੋਣ ਲੜਨ ਵਾਲੇ ਮਟੀਆ ਮਹਿਲ ਤੋਂ ਵਿਧਾਇਕ ਸ਼ੋਇਬ ਨੇ ਕਿਹਾ ਕਿ ਨਾ ਤਾਂ ਮੈਂ ਤੇ ਨਾ ਹੀ ਸਾਡੀ ਸਰਕਾਰ ਕੋਵਿਡ-19 ਦੀ ਦੂਸਰੀ ਲਹਿਰ ਦੀ ਲਪੇਟ ਵਿੱਚ ਆਏ ਲੋਕਾਂ ਦੀ ਕੋਈ ਮਦਦ ਕਰ ਪਾ ਰਹੀ ਹੈ। ਸ਼ੋਇਬ ਇਕਬਾਲ ਦੀ ਮੰਗ ਦੇ ਉੱਤੇ ਹਾਲਾਂਕਿ ਸਰਕਾਰ ਨੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸ਼ੋਇਬ ਨੇ ਕਿਹਾ ਕਿ ਮੈਂ ਇੱਕ ਵਿਧਾਇਕ ਦੇ ਤੌਰ ਤੇ ਕਾਫੀ ਸ਼ਰਮਿੰਦਾ ਮਹਿਸੂਸ ਕਰ ਰਿਹਾ ਕਿਉਂਕਿ ਮੈਂ ਕਿਸੇ ਦੇ ਕੰਮ ਹੀ ਨਹੀਂ ਆ ਪਾ ਰਿਹਾ। ਸਾਡੀ ਸਰਕਾਰ ਲੋਕਾਂ ਦੇ ਨਾਲ ਖੜੇ ਹੋਣ ਵਿੱਚ ਅਸਮਰੱਥ ਹੈ। 6 ਵਾਰ ਵਿਧਾਇਕ ਰਹਿਣ ਦੇ ਬਾਵਜੂਦ ਮੇਰੀ ਕੋਈ ਸੁਣਨ ਵਾਲਾ ਹੀ ਨਹੀਂ ਹੈ ਤੇ ਮੈਂ ਕਿਸੇ ਨੂੰ ਸੰਪਰਕ ਹੀ ਨਹੀਂ ਕਰ ਸਕਦਾ। ਦਿੱਲੀ ਹਾਈ ਕੋਰਟ ਨੂੰ ਵਿਧਾਇਕ ਨੇ ਅਪੀਲ ਕੀਤੀ ਹੈ ਕਿ ਰਾਜਧਾਨੀ ਦੇ ਵਿੱਚ ਤੁਰੰਤ ਪ੍ਰਭਾਵ ਦੇ ਨਾਲ 3 ਮਹੀਨਿਆਂ ਦੇ ਲਈ ਰਾਸ਼ਟਰਪਤੀ ਰਾਜ ਲਾਗੂ ਕਰੋ। ਤੁਰੰਤ ਕਹਿੰਦੇ ਅਮਲ ਕਰੋ, ਨਹੀਂ ਤਾਂ ਦਿੱਲੀ 'ਚ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਵਿਛੀਆਂ ਹੋਣਗੀਆਂ। यूपी दे योगी आदित्यनाथ दी सरकार दा जिहड़ा एक विधायक है उसने भी बगावती सुर ने जिहड़े ओ चुके ने। उत्तर प्रदेश विच हरदोई जिले दी सवायजपुर सीट तो बीजेपी विधायक माधवेंद्र प्रताप सिंह ने मुख्यमंत्री योगी आदित्यनाथ अते सूबा चोण कमिशन नूं चिट्ठी लिख के मंग कीती है कि 2 मई नूं होण वालियां पंचायत चोणां दी जिहड़ी गिणती है काउंटिंग होनी है वोटां दी उस नूं घट तो घट 1 महीने दे लई टाल दिता जावे। उन्होंने कहा कि नहीं तां इस दे कारण खास करके पेंडू इलाकियां दे विच मामलियां दा सुपर विस्फोट हो सकदा है। माधवेंद्र प्रताप सिंह ने कहा कि चोणां दौरान भी लापरवाही हुई तां उस कारण वड्डी गिणती च मामले सामने आए। गिणती दौरान जिहड़ी कि 36 तो 48 घंटे तक चल सकती है वोटां दी गिणती उस वक्त काउंटिंग केंद्रां दे बाहर साडे जिहड़े उम्मीदवार हैगे ने हर पार्टी दे उम्मीदवार ने उन्हां दे समर्थक जमा हो जाणगे। हालांकि सूबा चोण कमिशन ने हाले तक यही संकेत दिते ने कि वोटां दी गिणती मिथी तारीख ते ही होवेगी। दिल्ली दे विच महामारी दे नाल बहुत ही नाजुक हालात बने हुए ने। दिल्ली दी तस्वीरां किसे तो भी छुपियां नहीं। अजिहे विच केंद्र सरकार दा जिहड़ा ड्रीम प्रोजेक्ट है मोदी सरकार दा ओहदा निर्माण करना महामारी दे दौर दे विच इन्ना जरूरी आखिरकार क्यों है कि इस नूं जरूरी कामां दे विच रखिया गया। ਸਿਹਤ ਸਹੂਲਤਾਂ ਦੀ ਘਾਟ ਕਾਰਨ ਰਾਜਧਾਨੀ ਦਿੱਲੀ ਦੇ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਰ ਨਵੀਂ ਦਿੱਲੀ ਦਾ ਚਿਹਰਾ ਮੋਹਰਾ ਬਦਲਣ ਵਾਲਾ ਸੈਂਟਰਲ ਵਿਸਟਾ ਪ੍ਰੋਜੈਕਟ ਦਾ ਕੰਮ ਹੈ ਜਿਹੜਾ ਉਹ ਲਗਾਤਾਰ ਜਾਰੀ ਹੈ, ਉਹ ਰੁਕਿਆ ਹੀ ਨਹੀਂ ਗਿਆ। ਤੇ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਜ਼ਰੂਰੀ ਸੇਵਾ ਦੇ ਵਿੱਚ ਐਲਾਨਿਆ ਹੈ ਤੇ ਸੁਨਿਸ਼ਚਿਤ ਕੀਤਾ ਕਿ ਦਿੱਲੀ ਵਿੱਚ ਤਾਲਾਬੰਦੀ ਦੇ ਬਾਵਜੂਦ ਵੀ ਮਜ਼ਦੂਰ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਨਾ ਜਾਰੀ ਰੱਖ ਸਕਦੇ ਨੇ। ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਰਾਜਪਥ ਦਾ ਪੂਰਾ ਇਲਾਕਾ ਜਿਹੜਾ ਦਿੱਲੀ ਦੇ ਰਾਜਪਥ ਦਾ ਉਹਦੇ ਵਿੱਚ ਸੰਸਦ ਭਵਨ ਦੀ ਨਵੀਂ ਇਮਾਰਤ ਤੇ ਨਵਾਂ ਕੇਂਦਰੀ ਸਕੱਤਰੇਤ ਬਣਾਇਆ ਜਾਣਾ ਹੈ। 19 ਅਪ੍ਰੈਲ ਤੋਂ ਦਿੱਲੀ ਵਿੱਚ ਤਾਲਾਬੰਦੀ ਦੇ ਬਾਵਜੂਦ ਸੈਂਟਰਲ ਵਿਸਟਾ ਦਾ ਕੰਮ ਜਾਰੀ ਰਿਹਾ ਤੇ ਦਿੱਲੀ ਪੁਲਿਸ ਨੇ ਖੁਦ ਇਸ ਦੀ ਇਜਾਜ਼ਤ ਦਿੱਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੂੰ ਜਦੋਂ ਇੱਕ ਮੀਡੀਆ ਕਰਮੀ ਨੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਡੀਡੀਐਮਏ ਦੇ ਹੁਕਮਾਂ ਦੇ ਮੁਤਾਬਿਕ ਉਸਾਰੀ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਾ ਸਕਦਾ ਹੈ ਤੇ ਅਸੀਂ ਇਹਦੇ ਵਿੱਚ ਕੁਝ ਗਲਤ ਨਹੀਂ ਕੀਤਾ। ਡੀਡੀਐਮਏ ਸਾਨੂੰ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਡੀਡੀਐਮਏ ਨੇ ਜਿਹੜੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰ ਅਪੀਲ ਕੀਤੀ, ਇੱਕ ਲਿਮਿਟ ਰੱਖੀ ਹੋਈ ਹੈ ਮਜ਼ਦੂਰਾਂ ਦੀ, पर इत्थे काम धड़ाधड़ चल रहा है। ताकि इस प्रोजेक्ट ते काम जारी रखना इन्ना ज़्यादा जरूरी है। मजदूरां दी कामियां दी सेहत दी कोई परवाह नहीं है। मशहूर आर्कीटैक्ट हैगे ने नारायण मूर्ति, वो जिहड़ा इस विस्टा प्रोजेक्ट दा शुरू तो ही विरोध कर रहे ने। ਉਹ ਕਹਿੰਦੇ ਨੇ ਕਿ ਇਸ ਨੂੰ ਜ਼ਰੂਰੀ ਸੇਵਾਵਾਂ ਦੇ ਵਿੱਚ ਸ਼ਾਮਿਲ ਕਿਉਂ ਕੀਤਾ ਗਿਆ, ਸਿਰਫ ਸਰਕਾਰ ਹੀ ਜਵਾਬ ਦੇ ਸਕਦੀ ਹੈ ਜਿਸ ਨੇ ਇਸ ਦੀ ਇਜਾਜ਼ਤ ਦਿੱਤੀ। ਪਰ ਇਸ ਪ੍ਰੋਜੈਕਟ ਦੇ ਬਾਰੇ ਇੰਨਾ ਜ਼ਰੂਰੀ ਕੁਝ ਨਹੀਂ ਸੀ ਕਿ ਲੋਕਡਾਊਨ ਦੇ ਦਰਮਿਆਨ ਵੀ ਤੁਸੀਂ ਇਸ ਦੀ ਜਿਹੜੀ ਉਸਾਰੀ ਹੈ ਉਹ ਕਰ ਰਹੇ ਹੋ। इस समय दरम्यान होर बहुत महत्वपूर्ण चीज़ां ने सेंट्रल विस्टा प्रोजेक्ट दा जिहड़ा फंड हैगा उस नूं सेहत सहूलतां दे विच लाया जा सकदा है। समय दी लोड़ की कहंदी है उस मुताबिक सरकार क्यों नहीं चलदी आखिरकार। प्रधानमंत्री नरेंद्र मोदी दे खासम खास मन्ने जांदे उद्योगपति मुकेश अंबानी ने आखिरकार मदद दा ऐलान कीता है। जामनगर दे विच उत्पादन दी आवाजाही दे पैमाने दी निगरानी करदे होए 15 लाख मरीजां दी मदद दे लई 15,000 मीट्रिक टन तो वध मैडिकल तरल ऑक्सीजन दी सप्लाई करन दा ऐलान कीता है। सप्लाई कदों होवेगी इस बारे भी आपां दस्सांगे। बुलेटिन दे विच कुछ खास ते वड्डियां खबरां पूरी दुनिया तो। सब तो पहली खबर नेपाल तो है जिथों दे सेहत मंत्रालय ने कह दिता है कि असीं लाचार हाँ, असीं बेबस हाँ, करोना दे कारण हालात बेकाबू हो रहे ने। नेपाली अखबार काठमंडू पोस्ट दे विच लिखिया होया है कि नेपाल दे सेहत मंत्रालय ने कहा है कि स्थिति संभालण दे लायक ही नहीं है क्योंकि हस्पतालों दे विच बैड नहीं मिल रहे। जिवें जिवें करोना दे मामले वध रहे ने सेहत प्रणाली उसनूं संभालण दे जिहड़े हालात ने वो बिगाड़ रही है। पहलां ही अजिहे हालात बन चुके ने कि हस्पतालों दे विच बैड ही नहीं मिल पा रहे। सेहत मंत्रालय ने लोकां नूं सावधान रहण, मास्क पहनण, सोशल डिस्टेंसिंग वर्गे नियमां दी पालना करन ते वार-वार हत्थ धोण दी अपील है जिहड़ी ओह कीती है। रूस की वैक्सीन स्पुतनिक 20 का पहला पैकेज भारत पहुंच चुकिया है। इस पहले पैकेज के विच रूस ने 1.5 तो 2 लाख के करीब करोना के टीके ने जिहड़े वो भेजे ने ते भारत सरकार के मुताबिक हुण तीसरे फेज़ का जिहड़ा टीकाकरण है उस दे विच तेज़ी है जिहड़ी वो देखण नूं मिलेगी ते मई के अखीर तक स्पुतनिक 20 के 30 लाख टीके होर भारत पहुंच जाणगे। चीन के राष्ट्रपति शी जिनपिंग ने शुक्रवार नूं प्रधानमंत्री नरेंद्र मोदी नूं एक सुनेहा भेज के कोविड-19 ਦੇ ਸੰਕਟ ਨਾਲ ਨਿਪਟਣ ਦੇ ਲਈ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਮਹਾਮਾਰੀ ਤੇ ਲੰਘੇ ਸਾਲ ਦੇ ਸਰਹੱਦੀ ਵਿਵਾਦ ਤੋਂ ਬਾਅਦ ਰਾਸ਼ਟਰਪਤੀ ਸ਼ੀ ਦਾ ਇਹ ਸੰਦੇਸ਼ ਹੈ ਜਿਹੜਾ ਦੋਵਾਂ ਲੀਡਰਾਂ ਦੇ ਵਿਚਕਾਰ ਪਹਿਲਾ ਸੰਵਾਦ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਸਾਹਮਣੇ ਆਪਣੇ ਜਿਹੜੇ ਹਮਰੁਤਬਾ ਹੈਗੇ ਨੇ ਐਸ ਜੈ ਸ਼ੰਕਰ ਉਹਨਾਂ ਨੂੰ ਫੋਨ ਕੀਤਾ ਸੀ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਨੇ ਇਹ ਜਿਹੜਾ ਸੁਨੇਹਾ ਭੇਜਿਆ ਹੈ। ਅਫਗਾਨਿਸਤਾਨ ਦੇ ਵਿਚਕਾਰ ਬੰਬ ਧਮਾਕਾ ਹੋਇਆ ਜਿਸ ਦੇ ਵਿੱਚ 30 ਲੋਕਾਂ ਦੀ ਮੌਤ ਹੋ ਗਈ ਹੈ। ਧਮਾਕਾ ਸ਼ੁੱਕਰਵਾਰ ਦੇਰ ਰਾਤ ਨੂੰ ਹੋਇਆ। ਗੈਸਟ ਹਾਊਸ ਦੇ ਨੇੜੇ ਜਿੱਥੇ ਧਮਾਕਾ ਹੋਇਆ ਹੈ ਉੱਥੇ ਕੁਝ ਵਿਦਿਆਰਥੀ ਵੀ ਠਹਿਰੇ ਹੋਏ ਸਨ। ਕਈ ਲੋਕ ਜ਼ਖਮੀ ਵੀ ਹੋਏ ਨੇ। ਮੌਕੇ ਦੇ ਚਸ਼ਮਦੀਦਾਂ ਦੇ ਮੁਤਾਬਿਕ ਧਮਾਕੇ ਨਾਲ ਕਈ ਛੱਤਾਂ ਵੀ ਡਿੱਗੀਆਂ ਨੇ ਤੇ ਲੋਕ ਮਲਬੇ ਦੇ ਹੇਠਾਂ ਫਸ ਗਏ। ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਮਨਹੂਸ ਖਬਰ ਆਈ ਤਾਂ ਮੋਗਾ ਦੇ ਇੱਕ ਪਿੰਡ ਦੇ ਵਿੱਚ ਸੋਗ ਪਸਰ ਗਿਆ। ਟੋਰਾਂਟੋ ਦੇ ਵਿੱਚ ਪੰਜਾਬ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਰੇਲ ਗੱਡੀ ਮੂਹਰੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਪੰਜਾਬ ਦੇ ਮੋਗਾ ਦੇ ਪਿੰਡ ਚਿੜਕ ਦਾ ਰਹਿਣ ਵਾਲਾ ਸੀ। ਨੌਜਵਾਨ ਆਰਥਿਕ ਤੰਗੀ ਅਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ। 2018 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਟੋਰਾਂਟੋ ਗਿਆ ਸੀ ਤੇ ਇੱਥੇ ਸੈਂਟੀਨੀਅਲ ਕਾਲਜ ਦੇ ਵਿੱਚ ਪੜ੍ਹਦਾ ਸੀ। ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਨੇ ਇਸੇ ਤਰ੍ਹਾਂ ਰੇਲ ਗੱਡੀ ਮੂਹਰੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ, ਮਾਸਕ ਪਾ ਕੇ ਬਾਹਰ ਨਿਕਲਿਆ ਕਰੋ, ਬਿਨਾਂ ਲੋੜ ਤੋਂ ਦਵਾਈਆਂ ਨਾ ਖਾਓ ਤੇ ਨਾ ਹੀ ਘਰਾਂ ਦੇ ਵਿੱਚ ਇਕੱਠੀਆਂ ਕਰੋ। ਆਕਸੀਜਨ ਦੇ ਸਿਲੰਡਰ ਵੀ ਨਾ ਇਕੱਠੇ ਕਰੋ। ਜਿਹੜੇ ਲੋਕ ਤੰਦਰੁਸਤ ਨੇ ਉਹ ਨਾ ਇਕੱਠੇ ਕਰਨ, ਕਿਉਂਕਿ ਜਿਹੜੇ ਬਿਮਾਰ ਨੇ ਉਹਨਾਂ ਨੂੰ ਚਾਹੀਦੇ ਨੇ। ਅਫਵਾਹਾਂ ਤੇ ਧਿਆਨ ਨਾ ਦਿਓ। ਧੰਨਵਾਦ।